तेरी तपस्या तो बड़े परेशान हुए हैं। जय जय बाबा बालक नाथ, जय जय बाबा बालक नाथ, जय जय बाबा बालक नाथ। हे महाराज, आज मेरा जीवन सफल हो गया, तन्नो तुसी। हे इस कलयुग दे विच तुसी मैनु आप दर्शन दे के हे सिद्ध कर देता। हे इस कलयुग दे विच तुहाडा सब तो पहला ते सच्चा भगत मैं हां महाराज, सिर्फ मैं। ऋषि, ये तेरा वहम है, मेरे करोड़ा भक्त ने, उन्हें जो सब तो पीछे तू है। महाराज, मैं जति सती ब्रह्म ज्ञानी ब्रह्म तपस्वी, ते तुसी मेनू करोड़ा भक्तों तो भी पीछे कर देता, कौन ने हो? क्रिस्ती लोग, वो मेरे सब तो वड्डे भक्त ने। महाराज, तुसी एक तपस्वी दी तुलना क्रिस्ती लोका तो भी पीछे कर देती। दसा नौहां दी किरत करना सब तो वड्डी तपस्या। महाराज, पर इस कलयुग दे विच तुसी मैनु आप दर्शन दिते ने, ग्रिस्ती लोकां नू भी कदे तुसी दर्शन दिते ने? मैं साया बन के अपने भक्तां दे नाल चलदा, हर दुख औख वेले उन्हां दी मदद करदा। पर महाराज, मैं दावा करदा के तुहाडा सब तो बड़ा भगत मैं हां, सिर्फ मैं। ए तेरी पुल है ऋषि राज, इस दुनिया विच मेरे करोड़ा ही बहुत वड्डे भक्त ने। मैं एक तपस्वी हां महाराज, ते सालां दी तपस्या तो बाद मैं तुहानू पाया, इस लई तुहाडा सब तो बड़ा भगत मैं हां, कोई होर नहीं। ए तेरा हंकार है ऋषि। हंकार नहीं, हे मेरा मान है महाराज। तेरा हे मान झूठा है ऋषि। पर जे मैं तुहाडे किसे भगत दा विश्वास तोड़ दियां तां कि मेरा मान सच्चा होवेगा महाराज? अगर तक किसे भी भक्त दा विश्वास तोड़ता मेरे नाल, तां तू मेरा सब तो वड्डा भक्त होवेगा। पर महाराज, तुसी उस भगत दी कोई मदद नहीं करनी, ते तुहानू उस भगत तो दूर रहना पवेगा। मैं अपने सच्चे भक्ता तो किवें दूर रह सकदा? पर महाराज, गल ते विश्वास तोड़न दी है। ऋषि राज, तू कोई भी भक्त चुन ले, मैं ओ तो ओदो तक दूर आऊंगा जब तक तेरा अहंकार नहीं छुटदा। महाराज, हुण मैं भी देखदा कि इन्हां ग्रिस्ती लोकां दे विच किन्ना क विश्वास है। नाम साईं दा
ਲਪਟਾ ਨੇ ਆ ਕਿਆ ਮਹਿਕਾ ਨੇ ਬਈ ਸਾਗ ਦੀਆਂ ਲਪਟਾ ਤਾਂ ਦੂਰ ਦੂਰ ਤੱਕ ਫੈਲ ਰਹੀਆਂ ਨੇ ਤੁਹਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਗੀ ਕਿ ਇਹ ਸਾਗ ਤੁਹਾਡੀ ਸਤਿਕਾਰਯੋਗ ਪਤਨੀ ਸ਼੍ਰੀਮਤੀ ਕੁਲਦੀਪ ਕੌਰ ਨੇ ਬਣਾਇਆ ਹੈ ਅੱਛਾ ਤੈਂ ਬਣਾਇਆ ਇੰਨਾ ਭੈੜਾ ਮੁਸ਼ਕ ਮਾਰਦਾ ਕੱਚਾ ਲਸਣ ਇੰਨਾ ਲੂਣ ਹੈ ਹਾਏ ਹਾਏ ਕਿਤਾ ਗੋਹੇ ਵਰਗਾ ਟੇਸਟ ਹੈ ਹਾਏ ਮੈਂ ਮਰ ਜਾ ਤੁਸੀਂ ਇਹ ਕਿਹੋ ਜਿਹੀ ਚੀਜ਼ਾਂ ਦਾ ਸਵਾਦ ਦੇਖਿਆ ਹੋਇਆ ਲਓ ਵੀ ਜੀ ਤੁਸੀਂ ਤਾਂ ਭਾਬੀ ਜੀ ਦੀ ਕਦੇ ਤਾਰੀਫ ਹੀ ਨਹੀਂ ਕਰੀ ਦੀਪ ਜਿੱਦ ਨੇ ਮੇਰੀ ਤਾਰੀਫ ਕਰਨਗੇ ਨਾ ਉਦੋਂ ਤਾਂ ਮੀਂਹ ਪਊਗਾ ਫੇਰ ਤਾਂ ਜਿੱਦੇ ਮੀਂਹ ਪਾਉਣਾ ਹੋਵੇ ਡੈਡੀ ਤੋਂ ਮੰਮਾ ਹੀ ਤਾਰੀਫ ਕਰਾ ਦਿਆ ਕਰੋ ਬਈ ਆਲੂ ਮਟਰ ਲੱਗਦਾ ਕਿਰਨ ਨੇ ਬਣਾਏ ਨੇ ਵੀਰ ਜੀ ਐਵੇਂ ਝੂਠੀ ਤਾਰੀਫ ਨਾ ਕਰੀ ਜਾਓ ਭੈਣ ਜੀ ਵਰਗਾ ਖਾਣਾ ਤਾਂ ਮੈਂ ਸਾਰੀ ਉਮਰ ਨਹੀਂ ਬਣਾ ਸਕਦੀ ਇੱਕ ਦਿਨ ਮੇਰੇ ਦੋਸਤਾਂ ਨੇ ਭਾਬੀ ਜੀ ਦੇ ਹੱਥ ਦਾ ਖਾਣਾ ਖਾਦਾ ਕਹਿੰਦੇ ਇੰਨਾ ਸਵਾਦ ਖਾਣਾ ਤਾਂ 5 ਸਟਾਰ ਹੋਟਲ ਦਾ ਨਹੀਂ ਹੁੰਦਾ ਹੁਣ ਮੈਨੂੰ ਰੋਜ਼ ਪੁੱਛਦੇ ਨੇ ਬਈ ਕਿਸ ਦਿਨ ਘਰ ਲੈ ਕੇ ਜਾਏਗਾ ਕਿਸ ਦਿਨ ਖਵਾਏਗਾ ਭਾਬੀ ਜੀ ਦੇ ਹੱਥ ਦਾ ਖਾਣਾ ਫਿਰ ਲੈ ਆਉਣਾ ਸੀ ਕਰੇ ਉਹ ਚਲੋ ਕਿਸੇ ਨੇ ਤਾਂ ਇਹਦੀ ਤਾਰੀਫ ਕਰੀ ਮੈਨੂੰ ਤਾਂ ਖਵਾ ਖਵਾ ਕੇ ਮੱਖਣ ਨਾ ਭਾਬੀ ਜੀ ਨੇ ਮੋਟਾ ਕਰਤਾ ਆ ਦੇਖ ਲਓ ਮੇਰਾ ਢਿੱਡ ਕਿੰਨਾ ਵੱਧ ਗਿਆ ਓਏ ਦੇਖ ਕੱਟਾ ਹੋਇਆ ਪਿਆ ਖਾ ਖਾ ਕੇ ਆਪਾਂ ਨੂੰ ਹੁਣ ਅਮਰਦੀਪ ਇੰਡਸਟਰੀ ਵਾਲੇ ਨਹੀਂ ਵੱਡੇ ਢਿੱਡ ਵਾਲੇ ਕਿਹਾ ਕਰਨਗੇ ਚੁੱਪਚਾਪ ਬੈਠ ਕੇ ਰੋਟੀ ਖਾਓ ਐਵੇਂ ਨਾ ਗੱਲਾਂ ਮਾਰੀ ਚੱਲੋ ਕਿਰਨ ਤੂੰ ਵੀ ਬਹਿ ਜਾ ਭੈਣ ਜੀ ਤੁਸੀਂ ਬੈਠ ਕੇ ਖਾਓ ਸਾਰੀ ਦਿਹਾੜੀ ਤੁਸੀਂ ਕੰਮ ਕਰਦੇ ਰਹਿੰਦੇ ਹੋ ਕਦੇ ਮੈਨੂੰ ਵੀ ਸੇਵਾ ਕਰਨ ਦਾ ਮੌਕਾ ਦਿਆ ਕਰੋ ਓਏ ਆ ਜਾ ਕਦੇ ਤਾਂ ਮੇਰੇ ਨਾਲ ਬੈਠ ਕੇ ਰੋਟੀ ਖਾ ਲਿਆ ਕਰ ਮੈਨੂੰ ਤਾਂ ਖਵਾ ਕੇ ਸਕੂਨ ਮਿਲਦਾ ਮੇਰਾ ਪੌਣਾਹਾਰੀ ਇਸੇ ਤਰ੍ਹਾਂ ਸਾਰੇ ਟੱਬਰ ਤੇ ਮੇਰ ਪਰਿਆ ਹੱਥ ਰੱਖੇ ਲੈ ਆ ਗਿਆ ਫੋਨ ਇਹਨੇ ਨੇ ਕਦੇ ਚੈਨ ਨਾਲ ਰੋਟੀ ਖਾਣ ਦਿੱਤੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਨੇਜਰ ਸਾਹਿਬ ਹਾਂਜੀ ਦੀਪ ਬੋਲ ਰਿਹਾ ਸੀਗਾ ਜੀ ਹਾਂ ਮੈਂ ਤੁਹਾਡੀ ਵੀਰ ਜੀ ਨਾਲ ਹੁਣੇ ਗੱਲ ਕਰਵਾਉਣਾ ਵੀਰ ਜੀ ਮੈਨੇਜਰ ਸਾਹਿਬ ਦਾ ਫੋਨ ਆ ਹੈਲੋ ਸਤਿ ਸ਼੍ਰੀ ਅਕਾਲ ਮੈਨੇਜਰ ਸਾਹਿਬ ਹਾਂਜੀ ਠੀਕ ਠਾਕ ਹੈ ਕਿਰਪਾ ਬਾਬੇ ਦੀ ਜੀ ਬਸ ਮੈਨੇਜਰ ਸਾਹਿਬ 10 ਮਿੰਟ ਤੱਕ ਤੁਹਾਡੇ ਕੋਲ ਪਹੁੰਚ ਗਏ ਜੀ ਰੋਟੀ ਖਾ ਕੇ ਨਿਕਲ ਲੱਗਿਆ ਜੀ 10 ਮਿੰਟ 'ਚ ਹਾਂਜੀ ਹਾਂਜੀ ਠੀਕ ਹੈ ਜੀ ਆ ਗਏ ਜੀ ਓਕੇ ਸਤਿ ਸ਼੍ਰੀ ਅਕਾਲ Ha 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 ha
ਕਮਾਲ ਦੇ ਬੰਦੇ ਹੋ ਅਮਰ ਤੁਸੀਂ ਯਾਰ। ਲੋਨ ਪਾਸ ਹੋਏ ਨੂੰ 4 ਦਿਨ ਹੋ ਗਏ ਤੇ ਮੈਂ ਪਹਿਲਾ ਸ਼ਖਸ ਦੇਖ ਰਿਹਾ ਤੁਹਾਨੂੰ ਵੀ ਜਿਹੜੇ ਬੰਦੇ ਲੋਨ ਪਾਸ ਹੋਣ ਤੋਂ ਬਾਅਦ ਵੀ ਇੰਨੇ ਦਿਨ ਬਾਅਦ ਆ ਰਹੇ ਨੇ। ਮੇਰੇ ਕੋਲੇ ਤਾਂ ਬੰਦੇ ਆਉਂਦੇ ਨੇ ਸਵੇਰੇ ਅਰਜੀ ਦੇ ਕੇ ਜਾਂਦੇ ਨੇ ਤੇ ਘੰਟੇ 'ਚ ਕਹਿੰਦੇ ਨੇ ਮਹਾਰਾਜ ਸਾਡਾ ਲੋਨ ਪਾਸ ਦੇ ਦਿਓ। ਚਲੋ ਖੈਰ ਛੱਡੋ ਗੱਲ ਇਸ ਚੀਜ਼ ਨੂੰ, ਬਹੁਤ ਵਧੀਆ ਕੀਤਾ ਜੋ ਤੁਸੀਂ ਸਸਤੇ ਭਾਏ ਫੈਕਟਰੀ ਖਰੀਦ ਲਈ, ਬਹੁਤ ਵਧੀਆ ਹੋ ਗਿਆ। ਨਹੀਂ ਤਾਂ ਦਾਨਗੜੀਏ ਗੱਲ ਹੋਲੀ ਫਿਰਦੇ ਸੀ ਇਹਦੇ ਮਗਰ ਫੈਕਟਰੀ ਦੇ। ਮੈਨੇਜਰ ਸਾਹਿਬ, ਬਿਜ਼ਨਸ ਦੇ ਮਾਮਲੇ 'ਚ ਘੋਲ ਨਹੀਂ ਕਰਨੀ ਚਾਹੀਦੀ, ਜਦੇ ਜਾਂ ਕਦੇ, ਬਾਕੀ ਬਾਬਾ ਬਾਲਕ ਨਾਥ ਦੀ ਕਿਰਪਾ ਚਾਹੀਦੀ ਹੈ। ਚਲੋ ਬਿਜ਼ਨਸ ਤਾਂ ਜਿੰਨਾ ਵਧਿਆ ਉਨਾ ਹੀ ਚੰਗਾ। ਹਾਂਜੀ ਹਾਂਜੀ, ਹਾਂ ਚਾਹ ਜ਼ਰੂਰ ਪੀਵਾਂਗੇ ਜੀ, ਚਾਹ ਨੂੰ ਬੜਾ ਦਿਲ ਕਰਦਾ, ਠੰਡ ਹੈ ਨਾ। ਅਮਰ ਬਾਬੂ ਜੀ ਆਏ ਨੇ, ਚਾਹ ਪਲਾਓ। ਮੈਂ ਤਾਂ ਮੈਨੇਜਰ ਸਾਹਿਬ ਵੀਰ ਜੀ ਨੂੰ ਪਹਿਲਾਂ ਹੀ ਕਹਿੰਦਾ ਸੀ ਬਈ ਇਹਦੇ ਨਾਲ ਨਾਲ ਕੋਈ ਪ੍ਰਾਪਰਟੀ ਡੀਲਿੰਗ ਦਾ ਕੰਮ ਸ਼ੁਰੂ ਕਰ ਲੈਂਦੇ ਆ, ਤੁਹਾਨੂੰ ਤਾਂ ਪਤਾ ਹੀ ਆ ਅੱਜ ਕੱਲ ਕੋਈ ਵੀ ਪਲਾਟ ਲਓ ਉਹਦਾ ਦਿਨਾਂ 'ਚ ਦੁੱਗਣਾ ਰੇਟ ਹੋ ਜਾਂਦਾ। ਗੱਲ ਦੀਪ ਤੇਰੀ ਬਿਲਕੁਲ ਠੀਕ ਹੈ, ਪ੍ਰਾਪਰਟੀ ਦੇ ਰੇਟ ਤਾਂ ਉੱਪਰ ਤੱਕ ਪਹੁੰਚ ਗਏ। ਮੈਂ ਪਿਛਲੇ ਸਾਲ ਹੀ ਮੋਹਾਲੀ 20 ਲੱਖ ਦਾ ਪਲਾਟ ਲਿਆ ਸੀ। ਅੱਛਾ ਜੀ, ਅੱਜ 1 ਕਰੋੜ ਰੁਪਏ ਦਾ। ਬਸ ਮੈਂ ਵੀ ਇਹੀ ਸਮਝਾਉਣਾ ਜੀ ਵੀਰ ਜੀ ਨੂੰ, ਇਹਨਾਂ ਦੀ ਹਾਂ 'ਚ ਹਾਂ ਚਾਹੀਦੀ ਆ। ਬਾਕੀ ਭਾਈ ਜਿਵੇਂ ਤੇਰੀ ਮਰਜ਼ੀ, ਮੈਂ ਤਾਂ ਜੀ ਡਰਦਾ ਮੈਨੇਜਰ ਸਾਹਿਬ, ਇਸੇ ਦੇ ਸਿਰ ਤੇ ਵੱਧ ਲੋਡ ਵਧੂਗਾ, ਮੈਥੋਂ ਤਾਂ ਉੱਪਰਲੇ ਕੰਮ ਨਹੀਂ ਮੁੱਕਦੇ। ਅੱਛਾ ਮੈਨੇਜਰ ਸਾਹਿਬ, ਓਕੇ ਚੰਗਾ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਫੈਕਟਰੀ ਦੀਆਂ। ਮੁਬਾਰਕਾਂ ਸਾਨੂੰ ਨਹੀਂ ਜੀ, ਮੁਬਾਰਕਾਂ ਦਿਓ ਬਾਬਾ ਬਾਲਕ ਨਾਥ ਜੀ ਨੂੰ। ਜੈ ਬਾਬਾ ਬਾਲਕ ਨਾਥ। ਓਕੇ ਮੈਨੇਜਰ ਸਾਹਿਬ। ਹੈਲੋ, ਹਾਂ ਮੈਂ ਅਕਾਊਂਟ ਡਿਪਾਰਟਮੈਂਟ 'ਚੋਂ ਬੋਲਦਾ। ਚਲੋ ਠੀਕ ਹੈ, ਮੈਨੂੰ ਬਾਅਦ 'ਚ ਫੋਨ ਕਰਿਓ। ਓਕੇ। ਹਾਂ ਤੁਸੀਂ ਪਿਛਲੇ ਮਹੀਨੇ ਦਾ ਸਾਰਾ ਡਿਸਚਾਰਜ ਬਿੱਲ, ਸਾਰਾ ਬੈਲੈਂਸ ਕੱਢ ਦਿਓ, ਹੈ ਨਾ। ਹਾਂ ਦੀਪ, ਆ ਜਿਹੜਾ ਬੰਦੇ ਵਾਲਾ ਆਰਡਰ ਸੀ ਉਹ ਭੇਜਤਾ। ਹਾਂਜੀ ਵੀਰ ਜੀ, ਉਹਨਾਂ ਦੀ 23 ਤਰੀਕ ਦੀ ਕਮਿਟਮੈਂਟ ਸੀ, ਪਰ ਆਪਾਂ 2 ਦਿਨ ਪਹਿਲਾਂ ਹੀ ਭੇਜ ਰਿਆਂਗੇ। ਵੈਰੀ ਗੁੱਡ, ਇਸ ਸਾਲ ਦਾ ਜੋ ਬੋਨਸ ਬਣਦਾ। ਹਾਂਜੀ ਵੀਰ ਜੀ, ਵਰਕਰਾਂ ਨੂੰ ਦੀਵਾਲੀ ਤੋਂ ਪਹਿਲਾਂ ਦੇ ਦਿਓ। ਠੀਕ ਹੈ ਵੀਰ ਜੀ, ਨਾਲੇ ਚੰਗੇ ਢੰਗ ਨਾਲ ਦੀਵਾਲੀ ਮਨਾ ਲੈਣਗੇ। ਜਿਵੇਂ ਤੁਹਾਡੀ ਮਰਜ਼ੀ ਵੀਰ ਜੀ। ਬਾਕੀ ਵੀਰ ਜੀ, ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਸੀਗਾ। ਹਾਂ ਹਾਂ ਬੋਲ। ਜੇ ਆਪਾਂ 5-7 ਮਸ਼ੀਨਾਂ ਹੋਰ ਲਾ ਲਈਏ, ਕਿਉਂਕਿ ਦੇਖੋ ਤੁਹਾਨੂੰ ਤਾਂ ਪਤਾ ਵੀਰ ਜੀ, ਅੱਜ ਕੱਲ੍ਹ ਆਰਡਰ ਬਹੁਤ ਜ਼ਿਆਦਾ ਨੇ, ਅਤੇ ਹੁਣ ਤਾਂ ਹੈਦਰਾਬਾਦ, ਕੇਰਲ, ਦਿੱਲੀ ਤੋਂ ਵੀ ਕਾਫੀ ਆਰਡਰ ਆ ਰਹੇ ਨੇ, ਅਤੇ ਕੱਚੇ ਮਾਲ ਦੇ ਵੀ ਬਹੁਤ ਜ਼ਿਆਦਾ ਆਰਡਰ ਨੇ ਵੀਰ ਜੀ। ਓਏ ਬਾਕੀ ਜਿਵੇਂ ਤੇਰੀ ਮਰਜ਼ੀ, ਮੈਂ ਤੈਨੂੰ ਕਦੋਂ ਮਨਾ ਕਰਿਆ। ਜੇ ਵੀਰ ਜੀ, ਇਸ ਐਤਵਾਰ ਨੂੰ ਆਪਾਂ ਬਾਬਾ ਜੀ ਦਾ ਜਗਰਾਤਾ ਕਰਵਾ ਲਈਏ। ਦੀਪ, ਨੇਕੀ ਔਰ ਪੁੱਛ ਪੁੱਛ ਤੈਂ ਤਾਂ ਮੇਰੇ ਦਿਲ ਦੀ ਗੱਲ ਬੁੱਝ ਲਈ, ਆਪਾਂ ਇਸੇ ਐਤਵਾਰ ਨੂੰ ਜਗਰਾਤਾ ਜ਼ਰੂਰ ਕਰਾਵਾਂਗੇ। ਭਾਟੀਏ ਸ਼ਾਬਾਸ਼, ਤੁਸੀਂ ਜ਼ਰੂਰ ਆਉਣਾ। ਮੈਂ ਕਿਹਾ ਜੀ, ਸੁਣਦੇ ਹੋ? ਉਹ ਤੇਰੀ ਨਹੀਂ ਸੁਣੂਗਾ, ਹੋਰ ਕਿਹਦੀ ਸੁਣੂਗਾ। ਸਾਰੀ ਦਿਹਾੜੀ ਤੁਸੀਂ ਆ ਘੁੱਗੀਆਂ ਦੇ ਮਾਰੀ ਜਾਂਦੇ ਰਹਿੰਦੇ ਹੋ, ਕਦੇ ਤਾਂ ਵੇਲੇ ਬਹਿ ਜਾ ਕੇ। ਆ ਚੱਕ ਦੇਖਿਓ, ਦੀਪ ਹਲੇ ਤੱਕ ਕੇਕ ਲੈ ਕੇ ਨਹੀਂ ਆਇਆ। ਓ ਹੋ ਭਾਬੀ ਜੀ, ਤੁਸੀਂ ਤਾਂ ਐਵੇਂ ਰੌਲਾ ਪਾਈ ਜਾਂਦੇ ਹੋ। ਆ ਲੋ ਕੇਕ ਹਾਜ਼ਰ ਆ। ਓ ਰਾਮੂ, ਆ ਪਲੇਟਾਂ ਲੈ ਕੇ ਆ। ਦੇਖਿਓ, ਤੁਸੀਂ ਗੁਪਤਾ ਅੰਕਲ ਨੂੰ ਤਾਂ ਫੋਨ ਕਰ ਦੇਣਾ ਸੀ, ਐਵੇਂ ਗੁੱਸਾ ਕਰਨਗੇ। ਉਹ ਤਾਂ ਕੁਲਦੀਪ ਠੀਕ ਹੈ, ਜੇ ਇੱਕ ਨੂੰ ਬੁਲਾਈਏ ਤਾਂ ਦੂਜਾ ਗੁੱਸਾ ਕਰਦਾ,
ਹੁਣ ਆ ਦੇਖ ਲੈ ਹੈ ਹਰਪ੍ਰੀਤ ਕੱਲਾ ਆ ਗਿਆ ਮਾਸੀ ਨੂੰ ਵੀ ਲੈ ਕੇ ਆਇਆ ਨਾਲੇ ਭਾਬੀ ਜੀ ਤੁਹਾਨੂੰ ਤਾਂ ਪਤਾ ਆਪਾਂ ਘਰ ਚ ਸ਼ਰਾਬ ਨਹੀਂ ਵਾੜਦੇ ਤੇ ਨਾ ਹੀ ਸ਼ਰਾਬ ਪੀਂਦੇ ਆ ਪਰ ਕੁਝ ਕੁ ਯਾਰ ਦੋਸਤ ਸ਼ਰਾਬ ਪੀਂਦੇ ਨੇ ਇਸ ਕਰਕੇ ਫਿਰ ਮੁਸ਼ਕਲ ਆ ਜਾਂਦੀ ਆ ਨਾਲੇ ਵੀਰ ਜੀ ਘਰਦੇ ਘਰਦੇ ਚ ਵਧੀਆ ਇੰਜੋਏ ਹੋ ਜਾਂਦਾ ਨਾਲੇ ਹੋਰ ਗੱਲ ਸੁਣੋ ਵੀਰ ਜੀ ਨੇ ਅੱਜ ਬੇਬੀ ਦੀ ਜਨਮ ਦਿਨ ਦੀ ਖੁਸ਼ੀ ਚ ਸਾਰੀ ਫੈਕਟਰੀ ਨੂੰ ਲੱਡੂ ਵੰਡੇ ਤੇ ਨਾਲੇ ਛੁੱਟੀ ਕਰਤੀ ਲੈ ਭਾਈ ਸ਼ੁਰੂ ਕਰੀਏ ਐ ਮੇਰੇ ਪੁੱਤਰ ਆ ਜੋ ਮੇਰੀ ਬੇਬੀ ਬੱਚੇ Happy birthday to you. Happy birthday to you. Happy birthday to you. Happy birthday to you. Hello. Birthday. ਆਪਣੀ ਫੈਕਟਰੀ ਸੜ ਕੇ ਸਵਾਹ ਹੋ ਗਈ ਸੀ ਵੀਰ ਜੀ ਹੌਸਲਾ ਰੱਖੋ ਵੀਰ ਜੀ ਹੌਸਲਾ ਰੱਖੋ ਉਹ ਪੌਣਾ ਹਾਰੀ ਠੀਕ ਕਰੂਗਾ ਵੀਰ ਜੀ ਤੁਸੀਂ ਹੌਸਲਾ ਰੱਖੋ ਵੀਰ ਜੀ ਘਰੇ ਬਹਿ ਕੇ ਤਾਂ ਨਹੀਂ ਸਰਦਾ ਜੀ ਜੇ ਤੁਸੀਂ ਇਹ ਦਿਲ ਸਿੱਟ ਕੇ ਬਹਿ ਗਏ ਫਿਰ ਆਪਾਂ ਤਾਂ ਕੁਲਦੀਪ ਆਪਾਂ ਕਿਸੇ ਦਾ ਬੁਰਾ ਨਹੀਂ ਕੀਤਾ ਤੇ ਨਾ ਹੀ ਕਿਸੇ ਦਾ ਦਿਲ ਦੁਖਾਇਆ ਫਿਰ ਕਿਸਮਤ ਨੇ ਸਾਡੇ ਨਾਲ ਐਡਾ ਵੱਡਾ ਮਜ਼ਾਕ ਕਿਉਂ ਕੀਤਾ ਜੀ ਇਹ ਸੁੱਖ ਚਾਹੀਦੀ ਹੈ ਜੀ ਪੈਸੇ ਦਾ ਕੀ ਹੈ ਪੈਸਾ ਤਾਂ ਹੱਥਾਂ ਦੀ ਮੈਲ ਹੈ ਕਦੇ ਚੜ ਗਿਆ ਕਦੇ ਉੱਤਰ ਗਿਆ 2 ਕਰੋੜ ਦਾ ਘਾਟਾ ਸਾਰੀ ਜ਼ਮੀਨ ਜਾਇਦਾਦ ਵੇਚ ਕੇ ਵੀ ਪੂਰਾ ਨਹੀਂ ਹੋਣਾ 2 ਕਰੋੜ ਬੈਂਕ ਦਾ ਲੋਨ ਹੈ ਮੈਨੇਜਰ ਸਾਹਿਬ ਦੇ ਬਾਰ ਬਾਰ ਫੋਨ ਆ ਰਹੇ ਨੇ ਤੁਸੀਂ ਐਂ ਕਰੋ ਜੀ ਅਵਤਾਰ ਤੁਹਾਡੀ ਮਾਸੀ ਦਾ ਪੁੱਤ ਹੈ ਉਹਨੂੰ ਪੁੱਛ ਕੇ ਵੇਖ ਲਓ ਆਪਾਂ ਉਹਦੀ ਕਿੰਨੀ ਵਾਰ ਮਦਦ ਕੀਤੀ ਹੈ ਮੈਂ ਕੀਤਾ ਸੀ ਫੋਨ ਉਹਨੇ ਕੋਰਾ ਜਵਾਬ ਦਿੱਤਾ ਕੁਲਦੀਪ ਵਕਤ ਪਏ ਤਾਂ ਸਾਇਆ ਵੀ ਸਾਥ ਛੱਡ ਜਾਂਦਾ ਮੈਂ ਇੰਨੇ ਲੋਕਾਂ ਦੀ ਮਦਦ ਕਰੀ ਹੈ ਮੇਰੀ ਮਦਦ ਕੋਈ ਨਹੀਂ ਕਰ ਰਿਹਾ ਇਹ ਸਭ ਚੜ੍ਹਦੇ ਸੂਰਜ ਨੂੰ ਸਲਾਮਾਂ ਨੇ ਉੱਠੋ ਜੀ ਉੱਠ ਕੇ ਰੋਟੀ ਖਾ ਲਓ ਐਂ ਢਿੱਡ ਭਰੇ ਬਿਨਾਂ ਤਾਂ ਨਹੀਂ ਸਰਨਾ ਨਾਲੇ ਥੋੜ੍ਹਾ ਦੀਪ ਨੂੰ ਸਮਝਾਓ ਉਹਨੇ ਆਪਣਾ ਐਵੇਂ ਬੀਪੀ ਘਟਾ ਰੱਖਿਆ ਤੁਸੀਂ ਸਮਝਾਓ ਉਹਨੂੰ ਸਾਡੇ ਤਾਂ ਜਮੀ ਆਖੇ ਨਹੀਂ ਲੱਗਦਾ ਵੀਰ ਜੀ ਇਹ ਕੀ ਗਹਿਣੇ ਨੇ ਵੀਰ ਜੀ ਮੈਨੂੰ ਪਤਾ ਇਹਨਾਂ ਨਾਲ ਪੈਸੇ ਤਾਂ ਪੂਰੇ ਨਹੀਂ ਹੋਣੇ ਪਰ ਕਹਿੰਦੇ ਹੁੰਦੇ ਆ ਬੂੰਦ ਬੂੰਦ ਨਾਲ ਤਲਾਬ ਭਰ ਜਾਂਦਾ ਕਮਲੀਏ ਮੈਂ ਤੇਰੇ ਗਹਿਣੇ ਲਊਂਗਾ ਤੇਰੇ ਤਾਂ ਜੇ ਚਾਹ ਅਧੂਰੇ ਨੇ ਤੈਂ ਕਿੰਨੇ ਕੁ ਪਾਲੇ ਗਹਿਣੇ ਪੱਠ ਪੈਸੇ ਆਉਣੇ ਜਿਹੜੇ ਕੰਨਾਂ ਨੂੰ ਖਾਵੇ ਫਿਰ ਬਥੇਰੇ ਬਣ ਜਾਣਗੇ ਨਾ ਚੰਦਰੀਏ ਤੂੰ ਮੇਰੀ ਦਰਾਣੀ ਨਹੀਂ ਮੇਰੀ ਧੀ ਹੈ ਮਾਪੇ ਵੀ ਕਦੇ ਧੀਆਂ ਤੋਂ ਕੁਛ ਲੈਂਦੇ ਹੁੰਦੇ ਆ ਤੁਸੀਂ ਗਰੀਬ ਘਰ ਦੀ ਧੀ ਨੂੰ ਮਹਿਲਾਂ ਦੀ ਰਾਣੀ ਬਣਾਇਆ ਮੇਰਾ ਵੀ ਇਸ ਘਰ ਤੇ ਹੱਕ ਹੈ ਜੇ ਮੈਨੂੰ ਧੀ ਕਿਹਾ ਤਾਂ ਮਾਂ ਬਣ ਕੇ ਇਨਕਾਰ ਨਾ ਕਰੀ ਨਾ ਮੇਰੀ ਰਾਣੀ ਧੀ ਰੋਈਦਾ ਨਹੀਂ ਹੁੰਦਾ ਚੁੱਪ ਕਰ ਜਾ ਹੇ ਬਾਬਾ ਇਹ ਮੇਰੇ ਤੇ ਕਿਹੋ ਜਿਹੇ ਦੇ ਨਾਗੇ ਨੇ ਕੱਲ ਨੂੰ
कल नू मेरे घर दी कुर्की होनी है। अज अमरदीप इंडस्ट्री दे मालक अमर जी दी कोठी दी नीलामी हो रही है जिदी बोली घटो घट 50 लाख तो शुरू होवेगी। लैण आले सज्जन 50 लाख तो शुरू करन। 50 लाख एक 51 लाख 51 लाख एक 60 लाख 60 लाख एक 60 लाख दो 70 लाख 70 लाख एक 70 लाख दो 1 करोड़। एक करोड़ एक 2 करोड़। दो करोड़ एक, दो करोड़ दो, दो करोड़ तीन। लो कोठी कहाँ डी हुई। ले आ तस्वीर लेके किथे चले हो? सारे घर का सौदा हो चुका है, खाली हाथ जाना पौगा। रख दे तस्वीर नू इत्थे, हैं? गल नहीं बात नहीं। सेठ जी, मैं रब दा सौदा नहीं कीता। ले सारे ने सामने गल हो चुकी है, खाली हाथ जाना पौ, कीता नहीं सौदा इन्हें रब दा। चले दी अड्ड बोली ला दिना, 100 रुपया 200 500 चलो 1 लाख रुपया दे दिना। नहीं चल 2 लाख सही, हुण तां मन जो रख दो नू इत्थे। सेठ जी तुसी चाहे 2 करोड़ देवो फिर भी मैं तस्वीर तुहानू नहीं देवा। सोच ले अमर बाबू, मैं बहुता नहीं बंदा, तेरा सारा कर्जा माफ कर दूं। नाले तस्वीरां च कुछ नहीं पिया, ये तां अंधविश्वास ने, तोड़ दे आपदा अंधविश्वास, कुछ नहीं होगा बाबा बूबा इत्थे। इन्हां औखियां घड़ियां विच तां विश्वास होर मजबूत होंदा है सेठ जी। अमर बाबू तेरे कोले 2 रस्ते ने, एक तेरी बर्बादी दा, दूजा तेरी आबादी दा, बोल केड़ा चुनना है? मैनू बर्बादी दा रास्ता मंजूर है सेठ जी। बर्बादी दा हुण बर्बादी नहीं तेरे कोले रह की गया, बर्बादी दा रिश्ता। बाबा बालक नाथ मेरे नाल है सेठ जी। ओए कोई नहीं आंदा तेरा बाबा बूबा इत्थे, वड्डा आया बाबे वाला। जद तक मेरी साहां दी डोट टुट नहीं जांदी तद तक मेरा विश्वास खत्म नहीं हुंदा सेठ जी। ना किन्ना कि चिर, किन्ना कि चिर विश्वास करेगा बाबे च? मैं देखता तुहाडा विश्वास किदा नहीं टुटदा। जय बोलो बाबा बालक नाथ दी जय। मैं तो कहना इत्थे बिछा लै बोरियां। ओ बिछा लै बिछा लै। हां इत्थे आउणगे बाबे दे भगत। ओ इत्थों ही लंघणगे, इत्थों दी लंघणगे भगत। नाले तू छेती छेती कम नमेड़ी, मेथों ज्यादा देर सह नहीं रोका जाता, मैनू प्रॉब्लम है। ओ तू पजा पजा पजा। मेरी माँ, नी तू मैनू परी जवानी च कल्ले नू छड्ड के मर गई। ओए माँ हुंदी है माँ, ओए दुनिया वाले ओ। माँ हुंदी है माँ, ओए दुनिया वाले ओ। ओए ओए लोको, ओए मेरी माँ मर गई। ओए इनू बेचारी नु ता कपड़ भी नसीब नहीं होया। ओए मैनू 10 20 100 50 500 रुपया दे जो, मैं अपनी मां नू लांबू लाउणा। जय बाबा गोरखनाथ दी जय। ओए गोरखनाथ नी, जय बाबा बालकनाथ दी। कह हाँ, जय बाबा बालक नाथ, जय बाबा बालक नाथ। ओ माँ तू कितनी अच्छी है, ओ माँ तू कितनी भोली है, ओ माँ नी माँ मैं तो तेरे नाल ही जाना। चिकना मारी, चिकना मारी, चिकनो मोर दी। भजा 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 भजा। हाय माँ हफ्ता हो गया तेनू मरी नू, हाय हुण ता तेरे चो बो मारन लग पई है।
मैं अपनी मां का संस्कार करना है, मेरी मां चो तो कुत्तिया वांगू मुश्क मार लगी। जन्मन तो दो साल पहला मेरा प्यो मर गया सी। क्यों मैनू मरी नू बदनाम करी जाना गा? दो साल पहला नहीं क्या छोटे हुंदे दा प्यो मर गया थी? चल बोल। गुस्ताखी गुस्ताखी। मेरे निक्के हुंदे दा मेरा प्यो मर गया सी। मेरी मां ने मैनू भीख मंग मंग के पालिया। मेरी मां, हाय मेरी मां तो देवी सी, देवी की श्री देवी सी, मेरा मतलब है ममता दी देवी सी। ओ मामा 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 मां जन्नत दा परछावा। पजा 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 पजा। ओए मां बारे बोली जाने, बाबे दे भक्तां बारे भी बोल। हाँ 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 जय बाबा बालक नाथ दी, जय बाबा बालक नाथ। ओला भाई, इन्ने पैसों विच तो जाए 10 जाने की लकड़ा खरीद ले। ओ मेरी मां कहती सी के मैनू चंदन दिया लकड़ा चागनी दियो। तो मैं पैसों नाल मेरी मां लई चंदन दियां लकड़ां खरीदनियां ने। माता माता उठ कर है पजा 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 पजा। हाय कितना घैंट भगत है, 100 रुपया दे गया। हफ्ता हो गया मेरी मां मरी नू, हुण ता मेरी मां दी लोथ चो बो मारन लग पई है। ओए माता माता मेरी गल सुन ले, उठ खड़ होना। ओए आ जा, बतेरे पैसे हो गए, छित्र पैन का डर है। आ जा दिए, आ जा आ जा आ जा। किन्ने को हो गए? ओए बहुत हो गए। आ जा चल के मिलो, देखिए कर ले पूरी इकट्ठी। आ जा आ जा आ जा। ओए आ जा मिलो, नंगी अपनी यारियां को आसमान दी। लगता मैं तुहानू कितें देखिया। तुसी कितें अमर इंडस्ट्री दे मालक मिस्टर अमर ते नहीं? पर तुसी ये रिक्शा? हाँ बाबू जी, सब किस्मत किस्मत दियां गल्लां ने, पर मैं तुहानू पहचाने नहीं। मैं गणपत की ईमेल दा मालक। दसो मिस्टर अमर, जे किसी तरह मैं तुहाडी मदद कर सकता होवां। बाबू जी, कोई छोटी मोटी नौकरी मिल जाए, मैं ते मेरा भरा दोवें पोस्ट ग्रेजुएट हाँ, मैं तुहाडा एहसान सारी जिंदगी भर नहीं भुलांगा। ले मिस्टर अमर, इहदे च एहसान की गल है भाई? छोटी मोटी क्यों, तेरी किस्मत ना मेरे मैनेजर की नौकरी खाली पई है। तेरे भरा नूं भी चंगी नौकरी देंगा भाई। कल नूं मेरे ते भी बुरा वक्त आ सकता मिस्टर अमर, नाले बंदा ही बंदे दे काम आउंदा है। गणपत बाबू, तुसीं तां मेरे वास्ते रब बन के बौड़े हो। मैं तुहाडा एहसान कदे नहीं भुलांगा। जा बाबा बालक नाथ। चल छड्ड इहनां गल्लां नूं, आ बैठ गड्डी च भाई, नाले गोली मारे इस रिक्शे नूं। तू रिक्शा चलाउंदा सोहना लगदा, चल आ मेरे नाल। पर हाँ, मैं एक गल करनी तां भुल गया भाई। देखो मैं एक नास्तिक बंदा, गुस्सा ना करना, तुहानू भी नास्तिक बन के रहना पएगा भाई। इन्हां बाबा बूबे नूं मन्नणों हटना पएगा। सॉरी बाबू जी, साडी तां बाबे दे विच अटुट शरदा हैगी। सोच लै मिस्टर अमर, तेरी जिंदगी सवर जाएगी। मिस्टर अमर, मैं तेरी मदद कर रहा, तू सोच ले, तेरे सिर ते छत होएगी, तेरे बच्चे स्कूल जाएंगे, इज्जत दी जिंदगी बतीत करेगा, तेरी जिंदगी सबर जाओ मिस्टर अमर। गणपत बाबू, असल जिंदगी तो ओदे दर ते जाके सबर दी है। सॉरी, तुसी अपना टाइम खराब कर रहे हो। मिस्टर अमर, भाई वड्डे चौंक चलेगा? हाँ जी, आओ बैठो। ਇਸ ਨਾਂ ਦਾ ਹਾਸ਼ਰ ਭੁਗਤਣ ਲਈ ਤਿਆਰ ਹੋ ਜਾ ਅਮਰ ਬਾਬੂ,
जय बाबा बालक नाथ। अमर बाबू आपका भाई तीसरी मंजिल से गिर गया। दीपा की होया इनू, ये बोलता क्यों नहीं? बेहोश है जी, डॉक्टर ने टीका लाया होया, घंटे को तक होश च आजू। एक लत टूट गई। कितों डिग गया है? उपर लेंटर पै रहा सी, फटा खिसक गया, तीसरी मंजिल तो हेठा डिग पिया। ए तो शुक्र है जी बाबे ने हाथ देके रख लिया। इनू की लोड़ सी कम करन दी, की लोड़ सी दिहाड़ी करन दी, ना मैं मर गया। कुलदीप तैन तो पता ही है मैं इन्हां दा दुख नहीं सह सकता। पौना हरी ने हाथ देके रख लिया जी, भला इन्नी उपरों डिग के कोई बच सकता? जिहड़े इन्हूं दाखल करवा के गए सी ना, वो कहिंदे सी बहुत बुरी तरह डिग्गिया, जिवें किसी ने चक के सुट्टिया होवे। डॉक्टर साहब की कहिंदे? वीर जी डॉक्टर कहिंदे इन्हां दा ऑपरेशन करना पऊ, इन्हां दी इक लत, इन्हां दी इक लत कटनी पऊ। बस करो, डॉक्टर अमरीश बहुत सियाने ने ते गरीबां दी मदद बहुत करते हैं। वैसे तां जी 15,000-20,000 रुपए दा खर्चा आई जाना है, वो तो आपां नूं करना पऊ ना। मैं सब कुछ बेच दूंगा, अपना आप बेच दूंगा मैं। अपने कोल वेचण नूं है की जी? है, शरीर तां है, इन्ना वड्डा शरीर मेरे किस काम दा? मैं अपने गुरदे तक बेच दूंगा। तुसीं क्यों बेचोगे अपने गुरदे? आलो आलो एकी मंगलसूत्र, जे मेरा सुहाग अपने भरा लई कुर्बान हो सकता है तो मेरे सुहाग दी निशानी क्यों नहीं? आ फड़ो। ए मेरे रब्बा, ए साडे ते किहो जे दिन आ गए ने, साढ़े ते कहो जे दिन आ गए ने। भाभी जी, वीर जी अजे तक क्यों नहीं आए? बच्चे भी उन्हां नूं उड़ीक दे भुखे ही सौंगे। आ लै किड्डी लंबी उम्र है इन्हां दी, आ गए। ओ किवें आ हुण दीप, तेरा दर्द? अज तां सवेर दा वीर जी ठीक आ, बस थोड़ा जा टांकियां च दर्द हो रहा सी। आ लै भाई किन्न रोटी है, नाले दुध पिला दे बेबी नूं। मेरी गल सुन, रेस्ट करी नहीं डोल पै जांदी हुंदी है। बच्चे कित्थे आ? ओ तो पाजी सौ गए, तुहाडी वेट कर रहे सी। बेबी बड़ी जिद कर रही सी, कहिंदी मैं घर जाणा। हौली हौली ओनू भी साढ़े वांगू दुख सहन की आदत पैजू। लिया भाई रोटी लिया दे, तुसी रोटी खा लो। तुसी नहीं खानी वीर जी? मैनू भुख नहीं, चित जा ढिल है, थोड़ी जी हड पन्नी भी है। तुसी एक अद्धा फुलका तां खा लो, नहीं तां दीप ने भी नहीं खानी। थोनू तां पता वीर जी मैं थोड़े बगैर रोटी नहीं खा सकदा। जा लिया दे भाई किरण, एक अद्धी रोटी खा लेना, तुहानू भी भुख लगी होनी है। वीर जी जब मैं ठीक हो गया ना, मैं फिर तो मजदूरी करूं। वीर जी मैं बैठा अजे, मैं मर नहीं गया, समझ गया? आओ खाइए, सारे खाइए, भुख लगी है बहुत। ले तू खा ला भाई, ले बच्चे तू खा ले। जय जय बाबा बालक नाथ, जय जय बाबा बालक नाथ, जय जय बाबा बालक नाथ, जय जय बाबा बालक नाथ। पुतना मैनू भी रोटी ना बोरा दे दियो,
तीन दिन हो गए कुछ नहीं खाता, करे बच्चे भुखे ते आए बिलकते ने पुत्रा। पर माई साडे कोल तां अगे घट है, साडा तां मसा ही सरू। तीए तेरे तां सुख नाल कमाउण वाले ने, और मेरा तां कोई भी नहीं। बाबे बालक नाथ दे नाम ते दे दियो पुत्रो। आला माई छे बाबा बालक नाथ, छे बाबा बालक नाथ, ये करे एक छोटी जी बच्ची भी है, उदी मां मर गई, बेचारी दूध कन्नियों बिलकदी है, पूरा दूध था भी दे देती है। जा किरण ले आ दे दूध। जिंदे रहो जिंदे रहो पुत्रो, जिंदे रहो। ले आती है ज्यों दे रहो। माई साडे वास्ते दुआ करी कि सानू भुख ना लगे, सानू भुख ना लगे। जय बाबा बालक नाथ, रत्नों दे तारे शिव जी दे प्यारे, तेरे जिहा ना कोई हो सकदा। जिसने भी तेरा नाम ते आया, और किसे दा नहीं हो सकदा। तेरी दीद वाली नैना नू प्यास है, जेड़ा पगता दे रखदा लाज है। शिव अवतार जी दी उची जात है, ओह कौना हरी सिद्ध जोगी नाथ है। जवानी दा सवेर दे आ कपड़े पाई फिरदे आ, कोई सामी लब आजा देख दे आ कोई। सामी दा नाम लिया, सामी हाजिर। बलवीर कौर बैठी है चट्ठे वाली, मेरी गल सुन, चुप करके मेरे मगर मगर आ जा। देख सोने दी चैनी पाई बैठी है, आ जा डुक लिए केरा। चल 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 चल। जय बाबा बालकनाथ, जय बाबा बालकनाथ, जय हो बाबा बालकनाथ, जय बाबा बालकनाथ। मेरी पैनी है मेरा पुत्त बुड्ढ सुहागण, केड़ियां तू, मैं तो सियाणी नी वीर। सियाणी नी मैं, अपने रिफूजिया दे मीनी दे घर वाली आ, बिट्टू दी। अच्छा अच्छा, बिट्टू दे घर वाली है। कुड़े आ केड़ी है? ले मासी ते नहीं मैनू पछाणिया। ना पुत्त मैं तो पछाणिया नहीं। मैं गरनामो दे मुंडे दी बहू आ, चला बेड़े चो। पोत नू है गरनामो। अच्छा। दूए पासे घर है वीर, केड़ा जान दे आ। पिंड भलाई बड़ा है, केड़ा पता लगदा। कुड़े वीर मीणी ने दारू छड़ती। किते मासी किते हट गया दारू पीनो, चंद्र ने मेरी ता सारी जवानी खा ली। मैं नी कुपज नी लंबी मुटियार, मेरा ता सारा हुसन लुटिया गया। चंद्रा ओ ता दारू पहला घर दी पींदा पींदा ही थी, हुण ता बेचण भी लग गया। बागरू होर ले मेरे आले दी सुन ले बेबे, तीन दिन हो गए घर भुखी ते फिरदी नू,
ਇੱਕ ਸਾਈਕਲ ਦੀ ਘਰੇ ਕੰਜਰ ਦੇ ਨੇ ਉਹ ਵੇਚ ਕੇ ਰੱਖਤਾ, ਬਾਹਲੀ ਗਰੀਬੀ ਆਈ ਪਈ ਹੈਗੀ। ਲੈ ਆ ਸੋਨੇ ਦੀ ਚੈਨੀ ਹੈ ਬੇਬੇ। ਹਾਂ ਵੀਰ ਸਿਉਨੇ ਦੀ ਹੈ। ਅੱਛਾ ਆ ਕਹਿੰਦੀ ਤੀ ਬਣਵਾਉਣ ਨੂੰ ਡਿਜ਼ਾਇਨ ਹੀ ਨੀ ਲੱਭਿਆ ਭਾਈ ਕੋਈ। ਡਿਜ਼ਾਇਨ ਤਾਂ ਮਿਲ ਜਾਂਦਾ, ਇਹ ਤਿੰਨ ਤੋਲਿਆਂ ਤੋਂ ਘੱਟ ਨੀ ਬਣਦੀ ਬੇਟਾ। ਤਿੰਨ ਤੋਲਿਆਂ ਦੀ ਹੈ? ਹਾਂ ਤਿੰਨ ਤੋਲਿਆਂ ਦੀ ਹੈ। ਆ ਦਿਖਾਇਓ ਬੇਬੇ ਜੀ ਡਿਜ਼ਾਇਨ ਕਿਹੋ ਜਿਹਾ ਇਹਨੇ ਬਣਵਾਉਣੀ ਹੈ। ਲਾ ਕੇ ਦੇਖ ਲੋ ਬੇਟਾ, ਤੁਸੀਂ ਕਿਹੜਾ ਬਗਾਨੀ ਹੋ। ਡਿਜ਼ਾਇਨ ਤਾਂ ਬਾਹਲੀ ਚੰਗਾ ਹੈਗਾ। ਇਹ ਲੈ ਤੂੰ ਦੇਖ ਮਾੜਾ ਜਿਹਾ ਡਿਜ਼ਾਇਨ। ਗੱਲ ਸੁਣ, ਆ ਤੇਰਾ ਫੋਨ ਆ ਰਿਹਾ। ਫੋਨ ਆ ਗਿਆ ਫੋਨ? ਐ ਕਰ, ਤੇਰੇ ਬੁਆਏਫ੍ਰੈਂਡ ਦਾ ਫੋਨ ਹੈ, ਜਾ ਪਰਾਂ ਜਾ ਕੇ ਸੁਣ, ਜਾ ਉਧਰ। ਐਂ ਕਿਉਂ ਕਹਿੰਨੀ ਆ? ਜਾ। ਹੈਲੋ ਏ ਪਰਾਂ। ਹਾਂਜੀ ਸਤਿ ਸ੍ਰੀ ਅਕਾਲ ਜੀ। ਹੋਰ ਘਰੇ ਤਾਰ ਲੋਟ ਠੀਕ ਹੈ ਬੇਟਾ? ਦਾਰੂ ਨੀ ਪੀਂਦਾ, ਪਿਆਲਾ ਨੀ ਪੀਂਦਾ, ਕੋਈ ਆਂਡਾ ਮੀਟ ਨੀ ਖਾਂਦਾ, ਹੁਣ ਤਾਂ ਮੌਜਾਂ ਨੇ। ਆਜਾ 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 ਆਜਾ। ਓ ਨੀ ਮੈਂ ਵੀ ਮੋਬਾਈਲ ਤੇ ਹਾਕਾ ਮਾਰਦੀ ਆ ਵੀ ਮੇਰਾ ਵੀ ਮੋਬਾਈਲ ਹੈ, ਮੈਂ ਵੀ ਮਾੜਾ ਜੀ ਗੱਲ ਕਰਨਾ ਹੈ, ਤੁਸੀਂ ਕਰੋ ਕਿਹੜੇ ਸੇਵਾ, ਮੈਂ ਵੀ ਮਾੜੀ ਜੀ ਗੱਲ ਕਰਨਾ। ਚਾਚੀ ਅਸੀਂ ਸਕੂਲ ਜਾਵਾਂਗੇ। ਨਹੀਂ ਪੁੱਤ ਤੁਸੀਂ ਸਕੂਲ ਨਹੀਂ ਜਾਣਾ। ਮੰਮੀ ਸਾਰੇ ਬੱਚੇ ਸਕੂਲ ਜਾਂਦੇ ਆ, ਅਸੀਂ ਵੀ ਸਕੂਲ ਜਾਵਾਂਗੇ। ਜੇ ਅਸੀਂ ਸਕੂਲ ਨਹੀਂ ਜਾਵਾਂਗੇ ਤਾਂ ਪੜ੍ਹ ਲਿਖ ਕੇ ਵੱਡੇ ਅਫਸਰ ਕਿੱਦਾਂ ਬਣਾਂਗੇ? ਪਹਿਲੇ ਤੇ ਤੁਸੀਂ ਆਪ ਭੇਜਦੇ ਸੀ ਸਾਨੂੰ ਸਕੂਲ, ਹੁਣ ਸਾਨੂੰ ਸਕੂਲ ਜਾਣ ਹੀ ਨਹੀਂ ਦਿੰਦੇ। ਚਾਚੀ ਸਾਡਾ ਇੱਥੇ ਦਿਲ ਨਹੀਂ ਲੱਗਦਾ, ਸਾਰਿਆਂ ਦੇ ਚਿਹਰੇ ਮੁਰਝਾਏ ਰਹਿੰਦੇ ਨੇ। ਮੰਮੀ ਆਪਣਾ ਘਰ ਕਿੱਥੇ ਗਿਆ? ਮੰਮੀ ਆਪਣੀਆਂ ਗੱਡੀਆਂ ਕਿੱਥੇ ਗਈਆਂ? ਬੇਟੇ ਜਿਸ ਦੀ ਅਸੀਂ ਗਏ ਉਹ ਲੈ ਗਏ। ਰੱਬ ਲੈ ਗਿਆ? ਹਾਂ ਪੁੱਤ ਰੱਬ ਲੈ ਗਿਆ। ਮੰਮੀ ਆਪਾਂ ਘਰ ਕਦੋਂ ਬਣਾਵਾਂਗੇ? ਆਪਾਂ ਛੇਤੀ ਘਰ ਬਣਾਵਾਂਗੇ ਪੁੱਤ, ਫਿਰ ਮੈਂ ਤੁਹਾਨੂੰ ਸਕੂਲ ਭੇਜਿਆ ਕਰੂੰਗੀ। ਹਾਂ ਮੰਮੀ ਪੁਰਾਣੇ ਘਰ 'ਚ ਮੇਰੇ ਸਾਰੇ ਖਿਡੌਣੇ ਲੈ ਗਏ, ਮੇਰੀ ਨਵੀਂ ਸਾਈਕਲ ਵੀ ਰਹਿ ਗਈ। ਮੰਮੀ ਮੈਂ ਨਵੀਂ ਫਰੋਕ ਪਾਉਂਗੀ। ਨਹੀਂ ਪੁੱਤ ਹੁਣ ਤੂੰ ਵੱਡੀ ਹੋ ਗਈ ਹੈ, ਖਿਡੌਣਿਆਂ ਨਾਲ ਖੇਡਦੀ ਚੰਗੀ ਨਹੀਂ ਲੱਗਦੀ। ਮੰਮੀ ਮੈਂ ਨਵੇਂ ਖਿਡੌਣੇ ਲਵਾਂਗੀ। ਅਰੇ ਮਰ ਇਹ ਤੂੰ ਕੀ ਕੀਤਾ ਕਿਰਨ, ਉਹ ਤਾਂ ਬੱਚੀ ਹੈ, ਤੂੰ ਤਾਂ ਸਿਆਣੀ ਹੈ ਨਾ, ਉਹਦੇ ਹਜੇ ਖੇਡਣ ਦੇ ਦਿਨ ਨੇ। ਬਸ ਪੁੱਤ ਕਿਰਨ ਤੈਨੂੰ ਇਹ ਤੇ ਹੱਥ ਨਹੀਂ ਸੀ ਚੁੱਕਣਾ ਚਾਹੀਦਾ, ਇਹ ਤਾਂ ਬੱਚੀ ਹੈ, ਤੂੰ ਤਾਂ ਸਿਆਣੀ ਹੈ ਨਾ। ਚਾਚੀ ਤੂੰ ਰੋ ਨਾ, ਅਸੀਂ ਕੁਛ ਵੀ ਨਹੀਂ ਮੰਗਦੇ, ਅਸੀਂ ਖਿਡੌਣੇ ਵੀ ਨਹੀਂ ਮੰਗਦੇ, ਅਸੀਂ ਸਕੂਲ ਵੀ ਨਹੀਂ ਜਾਂਦੇ। ਬਸ ਪੁੱਤ ਰੋਂਦੇ ਨਹੀਂ ਹੁੰਦੇ। ਬੇਬੀ ਆ ਦੇਖੋ ਬੇਬੀ, ਮੈਂ ਤੇਰੇ ਲਈ ਨਵੀਂ ਪੈਂਟ ਲੈ ਕੇ ਆਇਆ। ਬੱਚੇ ਪਾਓਗੇ ਨਵੀਂ ਪੈਂਟ? ਹਾਂ ਰਾਜੂ ਬੇਟੇ, ਤੇਰੇ ਲਈ ਨਾ ਨਵੇਂ ਕੱਪੜੇ ਲੈ ਕੇ ਆਇਆ, ਹੁਣ ਤੁਸੀਂ ਨਵੇਂ ਕੱਪੜੇ ਪਾ ਕੇ ਨਾ ਰੋਜ਼ ਸਕੂਲ ਜਾਇਆ ਕਰਨਾ। ਹਾਂ ਬੇਟੇ ਤੁਸੀਂ ਨਾ ਹੁਣ ਰੋਜ਼ ਸਕੂਲ ਜਾਇਆ ਕਰੋਗੇ, ਮੈਂ ਤੁਹਾਡਾ ਸਕੂਲ 'ਚ ਦਾਖਲਾ ਭਰ ਆਇਆ। ਮੇਰੇ ਸੋਹਣੇ ਬੱਚੇ ਜਿਉਂਦੇ ਰਹੋ ਪੁੱਤ, ਤੁਸੀਂ ਖਾਣਾ ਖਾਓ। ਬੱਚੇ ਤੈਨੂੰ ਆਲੂ ਵਾਲੇ ਪਰੌਂਠੇ ਪਸੰਦ ਸੀ ਨਾ ਰਾਜੂ ਪੁੱਤ, ਆ ਲੈ ਖਾਣਾ ਖਾ ਖਾ ਪੁੱਤ। ਇਹ ਕੱਪੜੇ ਇਹ ਰੋਟੀ ਇਹਨਾਂ ਦਾ ਦਾਖਲਾ ਕਿੱਥੋਂ ਭਰਿਆ? ਤੈਂ ਕਿਤੇ ਚੋਰੀ ਤਾਂ ਨਹੀਂ ਕੀਤੀ? ਨਹੀਂ ਨਹੀਂ ਵੀਰ ਜੀ, ਮੈਂ ਕੋਈ ਚੋਰੀ ਨਹੀਂ ਕੀਤੀ, ਮੈਂ ਤਾਂ ਮਜ਼ਦੂਰੀ ਕੀਤੀ ਆ। ਮਜ਼ਦੂਰੀ ਕੀਤੀ ਹੈ? ਉੱਤੋਂ ਝੂਠ ਬੋਲ ਰਿਹਾ, ਸਾਰੀ ਦਿਹਾੜੀ
रिक्शा चला के मसा 70-80 रुपए कमाना, तू ए सी सच दस सच सच दस कि पैसे दस मिली। कल भी चाचे ने अपना गुण बेचे सी ते अज भी अपना गुण बेचिया। गुण बेचिया मैनू कखदा नहीं छड्डिया, तैनू पता है तुहाडे तो बगैर मैं जिउंदा रह सकदा, मैं तुहाडे तो बगैर जिउंदा नहीं रह सकदा, नहीं रह सकदा। वीर जी मैं ते बच्चे दी हालत देखी नहीं जांदी, आपा इन्ने गए गुजरे हो गए कि अपने बच्चे नूं स्कूल ही भेज सकदे। कमलिया वक्त दी मार तां वड्डा वड्डा ते पै जांदी है, इस वक्त ने तां पीर पैगंबर नहीं बख्शे। कमलिया सानूं दुखां तों घबराउणा नहीं चाहीदा, ओ पौना हारी दुद्धा तारी साडे अंग संग ने भाई, मैं आपा हज तोडे ते बोझ नहीं बनूंगा, मैं कल्ला इत्थों किते दूर चले जाऊंगा। की कहा, कदे भरा भी भरावां ते बोझ हुंदे ने, ओए निक्के हुंदे दा प्यो मर गया सी, मैं तैनू मैनू माफ कर दो वीर जी, मैनू माफ कर दो वीर जी। दीप फैक्ट्रिया तबाह हो गया, सब कुछ आचर नजर तबाह हो गया, मैं कदे नहीं हारिया, अज पहली बारी दिल ते सट लगी है, पहली बारी दिल ते सट लगी है, मैं तुहाडे बिना जिउंदा नहीं रह सकता, नहीं रह सकता। माफ कर दो जी। जय बाबा बालकनाथ। की सोच रहा है ऋषि, लगदा तू परेशान है, मान जा तू हार चुका है। नहीं महाराज, मैं कदे नहीं हार सकता, क्योंकि मैं तुहाडा सब तो बड़ा भगत हां, मेरी हार मेरा अपमान है ते मेरी जित तुहाडा मान है। महाराज तू उन्हां दे किन्ने इम्तिहान ले, तू उन्हां नूं कंगाल कर दिता, फिर भी तू उन्हां दा विश्वास नहीं तोड़ सकिया। पता नहीं ओ किस मिट्टी दे बने होए ने, पर मैं भी हार मनन वाला नहीं महाराज। तेरी भक्ति विच हंकार है, उन्ना दी भक्ति विच श्रद्धा विश्वास है। मैं उन्ना दा विश्वास तोड़ के ही रहांगा महाराज। जिस तरह माँ बाप नूं चंगी औलाद ते माण हुंदा है, उसे तरह सच्चे भक्तां ते सानू माण हुंदा है। तुहाडा सच्चा भगत सिर्फ मैं आ महाराज, तुहानू मेरे ते माण होएगा। जय बाबा बालक नाथ। हुण देखदा मैं कि मेरी टुटेगा उन्ना दा माण। अमर बाबू जी, अमर बाबू जी, पुलिस साढ़े पिछे लगी हुई है जी, असी थोड़े मूहे हाथ जोड़ते हैं, सानू पुलिस तो बचा लो जी। सानू बचा लो बाबू जी, पुलिस साडा पिछा कर रही है, असी बचते बचाते थोड़े कोल आए, थोनू बाबा बालक नाथ जी तो सानू बचा लो जी। हाँ ओए, मू दो पकौड़े देखे ने। पकौड़े? पकौड़े की जी? वो पकौड़े नहीं हैगे, वो दो बहुत बड़े चोर ने। चोर? वो एक घर चो गहने चोरी करके भजे हुए ने। पता जी,
ਛਟੀਆਂ ਲੈ ਕੇ ਆ ਰਿਹਾ ਸੀ, ਬੱਚਿਆਂ ਨੂੰ ਠੰਡ ਲੱਗ ਰਹੀ ਸੀ। ਹਾਂ, ਦੋ ਮੁੰਡੇ ਵੇਖੇ ਸੀ ਪਾੜੇ ਜੇ, ਇੱਧਰ ਨੂੰ ਗਏ ਨੇ। ਚਲ ਉਹ ਨਥਾ ਸਿਆ ਫੜੀਏ ਕੰਜਰਾਂ ਨੂੰ, ਚੱਲ 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 ਅਮਰ ਬਾਬੂ ਜੀ, ਤੁਸੀਂ ਸਾਡੀ ਚੋਰੀ ਛੁਪਾ ਕੇ ਸਾਡੇ ਤੇ ਬਹੁਤ ਵੱਡਾ ਉਪਕਾਰ ਕੀਤਾ ਜੀ। ਜੇ ਕਿਤੇ ਅਸੀਂ ਫੜੇ ਜਾਂਦੇ ਤਾਂ ਚੋਰੀ, ਤੁਸੀਂ ਚੋਰੀ ਕਿਉਂ ਕੀਤੀ ਹੈ ਤੁਸੀਂ? ਜਦੋਂ ਦੀ ਤੁਹਾਡੀ ਫੈਕਟਰੀ ਨੂੰ ਅੱਗ ਲੱਗੀ ਹੈ, ਸਾਨੂੰ ਕਿਤੇ ਵੀ ਕੰਮ ਨਹੀਂ ਮਿਲਿਆ। ਅਸੀਂ ਬੇਰੁਜ਼ਗਾਰ, ਘਰ ਦੇ ਖਰਚ, ਘਰ 'ਚ ਇਕੱਲਾ ਮੈਂ ਹੀ ਕਮਾਉਣ ਵਾਲਾ, ਤੇ ਉੱਤੋਂ ਮਾਂ ਦੀਆਂ ਅੱਖਾਂ ਦਾ ਆਪਰੇਸ਼ਨ ਕਰਾਉਣਾ। ਘਰ ਦੀ ਗਰੀਬੀ ਨੇ ਸਾਡਾ ਲੱਕ ਤੋੜ ਛੱਡਿਆ। ਅਸੀਂ ਪੜ੍ਹੇ ਲਿਖੇ, ਮਿਹਨਤ ਮਜ਼ਦੂਰੀ ਕਰਦਿਆਂ ਸਾਨੂੰ ਸ਼ਰਮ ਆਉਂਦੀ ਹੈ ਜੀ। ਚੋਰੀ ਕਰਦਿਆਂ ਨੂੰ ਤੁਹਾਨੂੰ ਸ਼ਰਮ ਨਹੀਂ ਆਉਂਦੀ? ਮੈਂ ਬਖਤਾ ਮਾਰਿਆ ਹੋਇਆ ਰਿਕਸ਼ਾ ਚਲਾ ਕੇ ਸਾਰੇ ਟੱਬਰ ਦਾ ਪੇਟ ਪਾਲਦਾ ਮੈਂ, ਤੇ ਤੁਸੀਂ ਦਿਹਾੜੀ ਨਹੀਂ ਕਰ ਸਕਦੇ? ਸਾਡੇ ਨਾਲ ਜਿਹੜੇ ਵੀ ਪੜ੍ਹਦੇ ਸੀਗੇ ਉਹ ਸਾਨੂੰ ਮਜ਼ਾਕ ਕਰਨਗੇ ਕਿ ਤੁਸੀਂ ਦਿਹਾੜੀ ਕਰਦੇ ਹੋ। ਕੰਮ ਦਾ ਕੋਈ ਮਿਹਣਾ ਨਹੀਂ ਹੁੰਦਾ, ਚਾਹੇ ਬੂਟ ਪਾਲਸ਼ਾਂ ਕਰੀਏ ਜਾਂ ਫਿਰ ਰੇਹੜੀ ਲਾਈਏ, ਰੋਟੀ ਹੱਕ ਦੀ ਖਾਣੀ ਚਾਹੀਦੀ ਹੈ। ਦੁਨੀਆਂ ਵਿੱਚ ਕਿੰਨੇ ਮਜ਼ਦੂਰ ਨੇ? ਜੇ ਉਹ ਸਾਰੇ ਤੁਹਾਡੇ ਵਾਂਗ ਚੋਰੀਆਂ ਕਰਨ ਲੱਗ ਜਾਣ ਤਾਂ ਫਿਰ ਦੇਸ਼ ਦਾ ਕੀ ਬਣੂਗਾ? ਦੇਸ਼ ਨੂੰ ਪ੍ਰਧਾਨ ਮੰਤਰੀ ਨਹੀਂ ਚਲਾਉਂਦਾ, ਮਜ਼ਦੂਰ ਚਲਾਉਂਦੇ ਨੇ ਮਜ਼ਦੂਰ। ਨਾਲੇ ਦੇਸ਼ ਨੂੰ ਮਿਹਨਤ ਕਰਨ ਵਾਲੇ ਹੱਥਾਂ ਦੀ ਜ਼ਰੂਰਤ ਹੈ, ਚੋਰਾਂ ਦੀ ਜ਼ਰੂਰਤ ਨਹੀਂ। ਅਮਰ ਬਾਬੂ ਜੀ, ਅਸੀਂ ਕਸਮ ਖਾਂਦੇ ਹਾਂ ਕਿ ਅੱਜ ਤੋਂ ਬਾਅਦ ਅਸੀਂ ਚੋਰੀ ਨਹੀਂ ਕਰਾਂਗੇ। ਹਾਂ ਬਾਬੂ ਜੀ, ਅੱਜ ਤੋਂ ਬਾਅਦ ਅਸੀਂ ਮਿਹਨਤ ਮਜ਼ਦੂਰੀ ਕਰਾਂਗੇ। ਠੀਕ ਹੈ, ਤੇ ਫਿਰ ਜਾਓ, ਜਿਸ ਤੇ ਤੁਸੀਂ ਗਹਿਣੇ ਚੋਰੀ ਕਰਕੇ ਆਇਓ ਉਹਦੇ ਗਹਿਣੇ ਵਾਪਸ ਕਰਕੇ ਆਓ, ਜਾਓ। ਅਮਰ ਬਾਬੂ ਜੀ, ਤੁਸੀਂ ਸਾਡੀਆਂ ਅੱਖਾਂ ਖੋਲ੍ਹ ਕੇ ਸਾਡੇ ਤੇ ਬਹੁਤ ਵੱਡਾ ਅਹਿਸਾਨ ਕੀਤਾ ਜੀ। ਅਸੀਂ ਹੁਣ ਚੱਲਦੇ ਹਾਂ, ਜਾਓ। ਬਾਬਾ ਬਾਲਕ ਨਾਥ ਤੁਹਾਡੀਆਂ ਸਾਰੀਆਂ ਗਲਤੀਆਂ ਮਾਫ ਕਰੇਗਾ। ਉਹ ਪਾਉਣਾ ਹਾਰੀ ਦੁੱਧਾ ਧਾਰੀ ਸਭ ਦੀਆਂ ਗਲਤੀਆਂ ਮਾਫ ਕਰਦਾ ਹੈ। ਜੈ ਜੈ ਬਾਬਾ ਬਾਲਕ ਨਾਥ, ਜੈ ਜੈ ਬਾਬਾ ਬਾਲਕ ਨਾਥ। ਤਬੀਅਤ ਠੀਕ ਨਹੀਂ ਲੱਗਦੀ, ਬੁਖਾਰ। ਹਾਏ, ਮੈਂ ਮਰ ਜਾ, ਦਵਾਈ ਤਾਂ ਲੈ ਲੈਣੀ ਸੀ। ਗੋਲੀ ਤਾਂ ਲੈ ਲਈ, ਬੁਖਾਰ ਆ ਲੈ ਆਟਾ, ਜਵਾਕਾਂ ਨੂੰ ਰੋਟੀ ਲਾ ਕੇ ਖਵਾ ਦੇ, ਨਾਲੇ ਇਹਦੇ ਚ ਦੁੱਧ ਹੈ, ਬੇਬੀ ਨੂੰ ਤੱਤਾ ਕਰਕੇ ਪਿਲਾ ਦੇ। ਜਵਾਕ ਤਾਂ ਬਿਰਬਿਰ ਕਰਦੇ ਭੁੱਖੇ ਸੌਂਗੇ, ਮੈਥੋਂ ਤਾਂ ਉਹਨਾਂ ਦੀ ਹਾਲ ਦੇਖੀ ਨਹੀਂ ਜਾਂਦੀ। ਬਸ ਬਾਬਾ ਭਲੀ ਕਰੂਗਾ। ਦੇਖੋ ਤਾਂ ਸਹੀ, ਤੁਸੀਂ ਕਿੰਨੇ ਕਮਜ਼ੋਰ ਹੋ ਗਏ ਹੋ, ਤੇ ਅੱਖਾਂ ਦੇਖੋ ਕਿਵੇਂ ਵਿੱਚ ਨੂੰ ਵੜ ਗਈਆਂ ਨੇ। ਮੇਰੀ ਗੱਲ ਸੁਣੋ, ਕੱਲ ਨੂੰ ਤੁਸੀਂ ਰਿਕਸ਼ਾ ਨਹੀਂ ਚਲਾਉਣਾ। ਫਿਰ ਕਰਦਾ ਗੁਜ਼ਾਰਾ ਕਿਵੇਂ ਚੱਲੂਗਾ? ਡਾਕਟਰ ਤੋਂ ਚੈੱਕ ਕਰਵਾ ਲਿਆ, ਮੈਂ ਕਿੰਨੀ ਵਾਰੀ ਤੁਹਾਨੂੰ ਕਿਹਾ ਜੇ ਕੋਈ ਰੋਗ ਲੱਗ ਗਿਆ ਤਾਂ ਅਸੀਂ ਕਿੱਧਰ ਨੂੰ ਜਾਵਾਂਗੇ? ਉਹ ਕਿਧਰੇ ਨੀ, ਮੇਰੇ ਗੋਲੀ ਵੱਜੀ, ਮਮੂਲੀ ਜਿਹਾ ਬੁਖਾਰ ਹੈ, ਉਤਰ ਜੂਗਾ।
भाई 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 वीर जी हो गया तो नो क्यों है वीर जी वीर जी वीर जी वीर जी खंग चो खून मैं किदे दी कही जानी हां तू दवाई ले लो ओ कुछ नहीं होया मेनू मामूली जा बुखार सी अज निर्णय कार्ज रिक्शा चला लिया अंदरा कट्टियां हो गया मैं तो कहनी है जी तुसी वीर जी नु अस्पताल दाखिल कराओ मैं तो खतरे वाली गल लगदी है हां मैं अज ही लेके जाऊंगा बाई नु अस्पताल ओ कुछ नहीं होया मेनू मेनू की होया तुसी क्यों नहीं मानदे बाबा पैसों दा आपे हल कर दूं क्यों जिद मर रखी है वीर क्यों नहीं साड़ी बन दे सानू सारे टब्बले उजाड़ दे दे जे ते हॉस्पिटल नहीं जाना सद्दो थोड़ी हाल देखी नहीं जानी पहले सानू जहर दे दो वीर जी तुसी साड़े सारे नालों वड्डे सयाने हो 15 दिन हो गए थोनू बुखार चढ़दे नू मैं कहा जी तुसी वीर जी नू अज ही अस्पताल दाखिल करवाओ हां वीर मैनू कुछ नहीं होया मैं आपे ठीक हो जाऊंगा वीर तू क्यों नहीं मानदा तैनू बाबा बालक नाथ जी दा वास्ता तू आज ही हॉस्पिटल चल डॉक्टर साहब की आ गई रिपोर्ट वीर दा कोई फर्क नहीं पै रहा दवाइयां नाल तुसी काम की करदे हो वक्त दी मार चल रहे हैं जी मैं अपाहजा ते वीर जी रिक्शा चलाउंदे ने तुसी ओना दे की लगदे हो भरा हो हां जी मैं ओना दा छोटा भरा डॉक्टर साहब वीर जी ठीक हो जाणगे तुसी क्यों नहीं बोलदे डॉक्टर साहब की गल होगी तुहाडे भरा नूं ब्लड कैंसर है तुसी हिम्मत ना हारो अपने आप नु संभालो डॉक्टर साहब बंदा नहीं हारदा मुकदमा बीमारी ए बंदे नु हरा दिंदे ने डॉक्टर साहब वीर जी दा इलाज हो सकदा हां हां सारा ब्लड चेंज करना पड़ेगा बहुत सारे पैसे दी जरूरत है किन्ने को पैसा लग जाएगा डॉक्टर साहब तुहाडे बस दी गल नहीं घट्टो घट 5 लाख पर साडे कोल ता वेच लई कुछ भी नहीं डॉक्टर साहब तुसी इलाज जारी रखो ओ बाबा सब भली करेगा थोनू नहीं पता 5 लाख बहुत वड्डी रकम हुंदी है डॉक्टर साहब इन्ना हत्था ने करोड़ा कमाए ने असी बहुत वड्डे बिजनेसमैन सी साडियां मिलां सी अच्छा अच्छा ओ मिला जिन्हां नूं अग लगी सी ओ तुहाडियां सन हां डॉक्टर साहब एक दिन विच सब कुछ सड़ के सुआह हो गया जो छत सी वो भी नलाम होगी बस आस दे सहारे तुरे फिरदे हां पर ओ चिमटे वाला साडी जरूर मदद करूगा इन्ना साडा पुण के धनी विजया होया ओ साड़ी जरूर मदद करूगा की गल होगी बाऊजी तुसी रो क्यों रहे हो की दसा तीए मेरे दोने बेटे जिंदगी ते मौत दी लड़ाई ना जूझ रहे ने मेरे को बहुत दौलत है पर किसे काम नहीं आ रही पैसा पानी बांग भाता पर किते उन्हां दा इलाज नहीं होया असी भी ऐसे बिपता दे मारे होया सेठ जी थोड़े कोल पैसा पर इलाज नहीं
ਸਾਡੇ ਕੋਲ ਇਲਾਜ ਆ ਪਰ ਪੈਸਾ ਨਹੀਂ। ਕੀ ਬਿਮਾਰੀ ਆ ਤੁਹਾਡੇ ਬੇਟਿਆਂ ਨੂੰ? ਦੋਨਾਂ ਦੀਆਂ ਕਿਡਨੀਆਂ ਫੇਲ ਨੇ। ਕੀ ਕਰੂਗਾ ਬੰਦਾ ਦੌਲਤਾਂ ਨੂੰ ਜਦੋਂ ਘਰ ਦੇ ਚਿਰਾਗ ਹੀ ਬੁੱਝ ਗਏ। ਕੱਲ ਇੱਕ ਗਰੀਬ ਘਰ ਦਾ ਮੁੰਡਾ ਮੰਨ ਗਿਆ ਸੀ ਕਿਡਨੀ ਦੇਣ ਨੂੰ। 1 ਲੱਖ ਰੁਪਇਆ ਮੰਗਦਾ ਸੀ ਤੇ ਮੈਂ 2 ਦੇਣ ਨੂੰ ਤਿਆਰ ਸੀ। ਮੁੱਕਰ ਗਿਆ। ਤੁਸੀਂ ਧੀਰਜ ਰੱਖੋ ਸੇਠ ਸਾਹਿਬ, ਹੌਸਲਾ ਨਾ ਹਾਰੋ। ਤੁਹਾਡੇ ਇੱਕ ਪੁੱਤਰ ਨੂੰ ਮੈਂ ਬਚਾ ਸਕਦਾ ਆਪਣੀ ਇੱਕ ਕਿਡਨੀ ਦੇ ਕੇ। ਤੁਹਾਡੇ ਦੂਜੇ ਪੁੱਤਰ ਨੂੰ ਮੈਂ ਬਚਾਵਾਂਗੀ। ਮੇਰੇ ਪੁੱਤਰ ਨੂੰ ਬਚਾ ਲਓ, ਮੇਰੇ ਪੁੱਤਰ ਨੂੰ ਬਚਾ ਲਓ। ਸਾਨੂੰ ਪੈਸੇ ਦੀ ਜ਼ਰੂਰਤ ਆ ਸੇਠ ਸਾਹਿਬ। ਮੇਰੇ ਭਰਾ ਨੂੰ ਬਲੱਡ ਕੈਂਸਰ ਆ। ਅਸੀਂ ਬਹੁਤ ਗਰੀਬ ਹਾਂ। ਸਾਨੂੰ 5 ਲੱਖ ਰੁਪਇਆ ਚਾਹੀਦਾ ਸੇਠ ਸਾਹਿਬ। ਮੈਂ ਤੁਹਾਨੂੰ 5 ਨਹੀਂ, ਮੈਂ ਤੁਹਾਨੂੰ 7 ਲੱਖ ਦੇਊਂਗਾ। ਤੁਸੀਂ ਤਾਂ ਮੇਰੇ ਲਈ ਰੱਬ ਬਣ ਕੇ ਬੌੜੇ ਹੋ। ਰੱਬ ਤੁਹਾਨੂੰ ਲੰਮੀ ਉਮਰ ਦੇਵੇ। ਬਾਊ ਜੀ, ਤੁਸੀਂ ਸਾਡੇ ਭਰਾ ਨੂੰ ਬਚਾ ਸਕਦੇ ਹੋ। ਸਾਡੇ ਭਰਾ ਨੂੰ ਬਚਾ ਲਓ। ਮੈਂ ਬਚਾਵਾਂਗਾ, ਮੈਂ ਹੁਣੇ ਪੈਸੇ ਲੈ ਕੇ ਆਇਆ। ਜੈ ਜੈ ਬਾਬਾ ਬਾਲਕ ਨਾਥ। ਬਾਬਾ, ਮੇਰੀ ਭੈਣ ਦੇ ਸੁਹਾਗ ਨੂੰ ਬਚਾ ਲੈ, ਭਾਵੇਂ ਸਾਡੇ ਦੋਨਾਂ ਦੀਆਂ ਜਾਨਾਂ ਲੈ ਲੈ, ਪਰ ਸਾਡੇ ਵੀਰ ਜੀ ਨੂੰ ਰਾਜੀ ਕਰ ਦੇ, ਉਹਨਾਂ ਦਾ ਆਪਰੇਸ਼ਨ ਠੀਕ ਠਾਕ ਹੋ ਜੇ। ਹੁਣ ਮੇਰੇ ਵੀਰ ਜੀ ਬਿਲਕੁਲ ਠੀਕ ਹੋ ਜਾਣਗੇ ਕਿਰਨ। ਉਹਨਾਂ ਦਾ ਇਲਾਜ ਹੋ ਜਾਵੇਗਾ, ਉਹਨਾਂ ਦਾ ਇਲਾਜ ਹੋ ਜਾਵੇਗਾ ਕਿਰਨ। ਮੇਰੇ ਵੀਰ ਜੀ ਠੀਕ ਹੋ ਜਾਣਗੇ, ਮੇਰੇ ਵੀਰ ਜੀ ਠੀਕ ਹੋ ਜਾਣਗੇ ਕਿਰਨ, ਮੇਰੇ ਵੀਰ ਜੀ ਠੀਕ ਹੋ ਜਾਣਗੇ। ਵੀਰ ਜੀ, ਵੀਰ ਜੀ ਪੈਸੇ ਦਾ ਬੰਦੋਬਸਤ ਹੋ ਗਿਆ, ਬਸ ਕੁਛ ਦਿਨਾਂ ਦੀ ਗੱਲ ਆ, ਤੁਸੀਂ ਬਿਲਕੁਲ ਠੀਕ ਠਾਕ ਹੋ ਜਾਓਗੇ। ਕੀ ਗੱਲ ਹੋ ਗਈ ਵੀਰ ਜੀ? ਕਿਡਨੀਆਂ ਵੇਚੋਗੇ ਤੁਸੀਂ? ਕਿਡਨੀਆਂ ਵੇਚੋਗੇ ਤੁਸੀਂ? ਕੁਰਬਾਨੀ ਦੇਣ ਦਾ ਹੱਕ ਸਿਰਫ ਵੱਡਿਆਂ ਨੂੰ ਹੁੰਦਾ ਹੈ, ਵੱਡਿਆਂ ਨੂੰ ਹੁੰਦਾ। ਪਰ ਸਾਡਾ ਵੀ ਕੋਈ ਫਰਜ਼ ਬਣਦਾ ਹੈ ਵੀਰ ਜੀ। ਸਾਡੇ ਸਾਹ ਹੀ ਤੁਹਾਡੇ ਸਾਹ ਨਾਲ ਚੱਲਦੇ ਨੇ, ਜੇ ਤੁਹਾਨੂੰ ਕੁਝ ਹੋ ਗਿਆ ਫਿਰ ਅਸੀਂ ਕੀ ਕਰਾਂਗੇ ਵੀਰ ਜੀ? ਅਗਰ ਤੁਹਾਨੂੰ ਕੁਝ ਹੋ ਗਿਆ ਤਾਂ ਮੈਂ ਜਿਉਂਦਾ ਨਹੀਂ ਰਵਾਂਗਾ। ਮਾਂ ਬਾਪ ਨਹੀਂ ਦੇਖੇ, ਉਹਨਾਂ ਦਾ ਪਿਆਰ ਨਹੀਂ ਦੇਖਿਆ, ਪਰ ਜੇ ਹੁੰਦੇ ਵੀ ਤਾਂ ਤੁਹਾਡੇ ਵਰਗੇ ਨਾ ਹੁੰਦੇ ਵੀਰ ਜੀ। ਫਿਰ ਕੌਣ ਮਾਂ ਬਾਪ ਚਾਹੂਗਾ ਕਿ ਉਹਦੀ ਔਲਾਦ ਉਹਦੀ ਖਾਤਰ ਕਿਜਣੀਆਂ ਵੇਚੇ? ਅਸੀਂ ਵੀ ਤੁਹਾਨੂੰ ਪਲ ਪਲ ਮਰਦਾ ਨਹੀਂ ਵੇਖ ਸਕਦੇ ਵੀਰ ਜੀ। ਕੁਲਦੀਪ, ਇਹ ਦੋਵੇਂ ਬੜੇ ਸਿਆਣੇ ਹੋ ਗਏ ਨੇ ਕੁਲਦੀਪ। ਇਹ ਦੋਨੇ ਮੈਨੂੰ ਬਚਾਉਣ ਦੀ ਖਾਤਰ ਆਪਣੀਆਂ ਕਿਡਨੀਆਂ ਵੇਚਣੀਆਂ ਚਾਹੁੰਦੇ ਨੇ। ਕੁਲਦੀਪ ਕਿਡਨੀਆਂ ਵੇਚ ਰਹੇ ਨੇ। ਤੁਸੀਂ ਹੋਸ਼ ਵਿੱਚ ਤਾਂ ਹੋ ਕਮਲਿਆ? ਮੈਂ ਤੈਨੂੰ ਇਸੇ ਦਿਨ ਕਰਕੇ ਜਵਾਨ ਕੀਤਾ ਸੀ। ਮੈਂ ਤੁਹਾਡੇ ਜਜ਼ਬਾਤਾਂ ਨੂੰ ਚੰਗੀ ਤਰ੍ਹਾਂ ਸਮਝਦੀ ਹਾਂ। ਤੂੰ ਮੇਰਾ ਪੁੱਤ ਹੈ ਦੀਪ। ਫਿਰ ਜੇ ਮੇਰੀ ਮਾਂ ਮੈਨੂੰ ਮਨਾ ਨਾ ਕਰੀ, ਵੀਰ ਤੋਂ ਪਹਿਲਾਂ ਮੈਂ ਮਰਨਾ ਚਾਹੁੰਦਾ। ਕੀ ਤੁਹਾਡਾ ਵਿਸ਼ਵਾਸ ਉੱਠ ਗਿਆ ਬਾਬੇ ਤੋਂ? ਦੱਸੋ ਮੈਨੂੰ। ਨਹੀਂ ਵੀਰ ਜੀ, ਨਹੀਂ, ਸਾਡਾ ਉਸ ਬਾਬੇ ਤੇ ਪੂਰਾ ਵਿਸ਼ਵਾਸ ਹੈ। ਫਿਰ ਤੁਸੀਂ ਸਾਰੇ ਇਹੋ ਜਿਹੀਆਂ ਗੱਲਾਂ ਕਿਉਂ ਕਰੀ ਜਾਂਦੇ ਹੋ? ਉਹਨਾਂ ਵਾਸਾ ਤਾਂ ਕਣ ਕਣ ਵਿੱਚ ਆ। ਮੈਨੂੰ ਕਰ ਲੈ ਚੱਲੋ, ਮੈਂ ਤੁਹਾਡੇ ਸਾਰਿਆਂ 'ਚ ਰਹਿਣਾ ਚਾਹੁੰਦਾ। ਮੈਨੂੰ ਕਰ ਲੈ ਚੱਲੋ, ਰੱਬ ਦਾ ਵਾਸਤਾ ਮੈਨੂੰ ਕਰ ਲੈ ਚੱਲੋ। ਦੀਪ, ਤੇਰੇ ਵੀਰ ਨੂੰ ਬਹੁਤ ਤੇਜ਼ ਬੁਖਾਰ ਹੈ,
देख किन्नी ठंड लग रही है। जा किरण, जाके अग लैके आ। नहीं किरण, अग दी कोई जरूरत नहीं। कुलदीप, मैं इन्हां नूं बड़ा प्यार कीता, इन्हां दा रत्ता भी बसा नहीं खादा। जेड़ी भी इन्हां नूं चीज़ दी जरूरत हुंदी, इन्हां दी ओह जरूरत पूरी कीती। इन्हां दा ख्याल रखी कुलदीप, इन्हां दा ख्याल रखी। क्यों जी गल्लां करी जाने हो, उठो, उठ के दवाई लो। एक यहो जी बीमारी है जिते कोई दवा भी कम नहीं करती। तुसी हौसला रखो वीर जी, जिथे दवाई कम नहीं करती उथे दुआ कम करती है। किरण, आपा सारे दुआ करो कि हर जन्म दे विच इस रिश्ते विच आइए। मैं भी रब तो होर कुछ नहीं मांगदा, बस हर जन्म विच तोड़ा भरा होवां। दीप, अज मैं तेरे ते बहुत बड़ियां जिम्मेवारियां सिर धर के जा रहा। मैनू यकीन है दीप, तू इन्हां जिम्मेवारियां नू जरूर निभावेगा। तेनू कुछ नहीं होगा वीर, तेनू कुछ नहीं होगा मेरे वीर, तेनू कुछ नहीं होगा। दीप, मैनू लगता है इन्हां नू कंबा ज्यादा चढ़ गया। तुसी आ लो, अच्छा ले लो दीप, आ ठीक कर दे। तेनू कुछ नहीं होगा वीरे, तेनू कुछ नहीं होगा। जय बाबे जी। भक्तो, इस जंगल दे नेड़े मेरी कुटिया है, ते मेरी कुटिया विच दो राहगीर रुके ने, जिन्हां दे नाल उन्हां दा निक्का जिहा बच्चा भी है। इस कड़ाके दी ठंड दे विच ओ कंब रहा है। जे तुहाडे कोल कोई कंबली खेस होवे तां इस ऋषि नूं दित्ती जावे। बाबा जी, मेरे भरा नूं बहुत ज्यादा बुखार चढ़िया होया बाबा जी, ते उहनूं बहुत ज्यादा ठंड भी लग रही है बाबा जी। पर भक्तो, जे उस बच्चे नूं कंबली खेस ना मिलिया तां उह जरूर मर जाएगा। लगता है बाबा बालक नाथ दे भक्तां दे घरों इस ऋषि नूं खाली हाथ मुड़ना पाएगा। बाबा जी, ओ बाबा जी, आलो बाबा जी। पर भक्तो, मैनू कला ये नहीं, ये सारे कपड़े चाहिए ने। बाबा जी, तुसी ये सारे कपड़े ले जाओ, बस उस पौना हारी अगे अरदास करियो कि मेरे सुहाग नू कुछ ना होए। जय जय बाबा बालक नाथ, जय जय बाबा बालक नाथ, जय जय बाबा बालक नाथ, जय जय बाबा बालक नाथ। इस कड़ाके दी ठंड विच सुबह तक उन्हां दा विश्वास अवश्य टुटेगा। जय बाबा बालक नाथ। सवेर हो गई है, इंज लगदा सी इस रात दी कदे सवेर नहीं होवेगी। सह सकते, तू सातो क्यों मुख मोड़ लिया? कदे मापे भी अपने बच्चे तो मुख मोड़ते होंगे। हे बाबा बालक नाथ, तू साडी गरीबा तो कोई भुल हो गई होवे तो सानू माफ करी, तू सानू माफ करी बाबा। भुलनहारा दाता, कृपा करो साडे ते, कृपा करो साडे ते। सातों मनमुखां तो जे कोई गलती होगी होवे
ਤਾਂ ਸਾਨੂੰ ਮਾਫ ਕਰਨਾ ਬਾਬਾ ਜੀ, ਸਾਨੂੰ ਮਾਫ ਕਰਨਾ। ਕੁਲਦੀਪ, ਮੇਰੀ ਸਾਰੇ ਟੱਬਰ ਨੂੰ ਹੱਥ ਬੰਨ ਕੇ ਇੱਕ ਗੁਜ਼ਾਰਿਸ਼ ਹੈ, ਲੱਖਾਂ ਮੁਸੀਬਤਾਂ ਆਉਣ, ਲੱਖਾਂ ਹਨੇਰੀਆਂ ਝੱਖੜ ਆਉਣ, ਜਿੰਨਾ ਮਰਜ਼ੀ ਦੁੱਖ ਹੋਵੇ, ਪਰ ਤੁਸੀਂ ਕਦੇ ਬਾਬਾ ਜੀ ਨੂੰ ਨਾ ਭੁੱਲਣਾ। ਪੀੜੀਆਂ ਤੋਂ ਇਹ ਰੀਤ ਚੱਲੀ ਆ ਰਹੀ ਹੈ ਸਾਡੇ ਪਰਿਵਾਰ ਦੀ, ਹਰ ਇੱਕ ਸਾਲ ਉਹਦੇ ਚਾਲੇ ਤੇ ਜਾਣਾ। ਤੁਸੀਂ ਸਾਰੇ ਬਾਬਾ ਜੀ ਦੇ ਚਾਲੇ ਤੇ ਜ਼ਰੂਰ ਜਾਇਓ, ਉਹਦੀ ਮਹਿਮਾ ਬੜੀ ਅਪਰੰਪਾਰ ਹੈ, ਉਹਦੀ ਮਹਿਮਾ ਬੜੀ ਅਪਰੰਪਾਰ ਹੈ। ਤੁਸੀਂ ਆ ਕਿਉਂ ਕਹਿੰਦੇ ਵੀਰ ਜੀ? ਆਪਾਂ ਸਾਰੇ ਚੱਲਾਂਗੇ, ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਪਾਂ ਸਾਰਾ ਪਰਿਵਾਰ ਚੱਲਾਂਗੇ ਬਾਬਾ ਜੀ ਦੇ ਦਰਸ਼ਨਾਂ ਵਾਸਤੇ। ਤੁਸੀਂ ਛੇਤੀ ਠੀਕ ਹੋ ਜਾਓਗੇ। ਆਪਣੇ ਪਰਿਵਾਰ ਦੇ ਵਿੱਚੋਂ ਬੇਬੀ ਨਹੀਂ ਆਈ, ਬਹੁਤ ਬਿਮਾਰ ਹੈ ਵੀਰ ਜੀ, ਉਹਨੂੰ ਕੁਝ ਨਹੀਂ ਹੋਵੇਗਾ, ਮੈਨੂੰ ਬਾਬੇ ਤੇ ਪੂਰਾ ਵਿਸ਼ਵਾਸ ਹੈ ਉਹ ਠੀਕ ਹੋ ਜਾਵੇਗੀ। ਕੁਲਦੀਪ, ਅੱਜ ਕੀ ਵਾਰ ਹੈ? ਅੱਜ ਐਤਵਾਰ ਹੈ ਜੀ। ਐਤਵਾਰ ਹੈ, ਅੱਜ ਤਾਂ ਬਾਬਾ ਜੀ ਦੀ ਜੋਤ ਦਾ ਦਿਨ ਹੈ। ਤੁਸੀਂ ਬਾਬਾ ਜੀ ਦੀਆਂ ਜੋਤਾਂ ਲਾਓ, ਪਤਾ ਨਹੀਂ ਇਹ ਸਰੀਰ ਦਾ ਕੜੀ ਪਲ ਦਾ ਮਹਿਮਾਨ ਹੈ। ਤੁਸੀਂ ਕਿਉਂ ਇਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋ ਜੀ? ਤੁਹਾਨੂੰ ਕੁਛ ਨਹੀਂ ਹੋਏਗਾ। ਜਾਓ, ਬਾਬਾ ਜੀ ਦੀ ਜੋਤ ਲੈ ਕੇ ਆਓ। ਚੱਲ ਕਿਰਨ, ਬਾਬਾ ਜੀ ਦੀਆਂ ਜੋਤਾਂ ਜਲਾਈਏ, ਆ ਜਾ ਕਿਰਨ। ਜਾਓ ਸਾਰੇ, ਬਾਬਾ ਜੀ ਦੀ ਜੈ ਬਾਬਾ ਬਾਲਕ ਨਾਥ, ਜੈ ਬਾਬਾ ਬਾਲਕ ਨਾਥ। ਸ਼ੰਭੋ
ਲੱਗਦਾ ਇਸ ਬਾਲਕ ਨੂੰ ਸੱਪ ਨੇ ਡੱਸ ਲਿਆ। ਪਰ ਰੋਵਨ ਭਗਤੋ, ਮੈਂ ਇਸ ਬਾਲਕ ਦੀ ਜਾਨ ਬਚਾ ਸਕਦਾ। ਬਾਬਾ ਜੀ, ਮੇਰਾ ਸੁਭਾਗ ਬਚਾ ਲਓ, ਭਾਵੇਂ ਮੇਰੀ ਜਾਨ ਲੈ ਲਓ। ਬਾਬਾ ਜੀ, ਮੈਂ ਇਸ ਦੀ ਜਾਨ ਜ਼ਰੂਰ ਬਚਾ ਲਵਾਂਗਾ ਕੰਨਿਆ, ਪਰ ਇੱਕ ਸ਼ਰਤ ਤੇ। ਸਾਨੂੰ ਤੁਹਾਡੀਆਂ ਸਾਰੀਆਂ ਸ਼ਰਤਾਂ ਮਨਜ਼ੂਰ ਨੇ, ਮੇਰੇ ਭਰਾ ਨੂੰ ਬਚਾ ਲਓ ਬਾਬਾ ਜੀ। ਫਿਰ ਬਾਲਕ, ਤੁਹਾਨੂੰ ਇਸ ਬਾਲਕ ਦੀ ਜਾਨ ਦੇ ਬਦਲੇ ਬਾਬਾ ਬਾਲਕ ਨਾਥ ਨੂੰ ਮਨੋਂ ਹਟਣਾ ਪਏਗਾ। ਬਾਬਾ, ਤੂੰ ਇੱਕ ਸੁਹਾਗ ਦੀ ਗੱਲ ਕਰਦਾ, ਮੈਂ 10 ਸੁਹਾਗ ਮਾਰ ਦਿਆਂਗੀ, ਪਰ ਬਾਬਾ ਬਾਲਕ ਨਾਥ ਨੂੰ ਮਨੋਂ ਨਹੀਂ ਹਟਾਂਗੀ। ਇਸ ਕੰਨਿਆ ਨੂੰ ਤਾਂ ਕਈ ਸੁਹਾਗ ਮਿਲ ਜਾਣਗੇ, ਪਰ ਤੇਰਾ ਤਾਂ ਅੰਮਾ ਜਾਇਆ ਭਰਾ ਹੈ। ਸੋਚ ਲੈ ਬਾਲਕ, ਸੋਚ ਲੈ। ਬਾਬਾ ਬਾਲਕ ਨਾਥ ਨੂੰ ਮਨੋਂ ਹਟ ਜਾ, ਮੈਂ ਇਸ ਦੀ ਜਾਨ ਬਚਾ ਲਵਾਂਗਾ। ਤੂੰ ਇੱਕ ਭਰਾ ਦੀ ਗੱਲ ਕਰਨਾ, ਮੈਂ ਆਪਣਾ ਸਾਰਾ ਟੱਬਰ ਤੇ ਆਪਣਾ ਆਪ ਵਾਰ ਦਿਆਂਗਾ, ਪਰ ਬਾਬਾ ਬਾਲਕ ਨਾਥ ਜੀ ਨੂੰ ਮੰਨਣੋਂ ਨਹੀਂ ਹਟਾਂਗੇ। ਲੱਗਦਾ ਹੈ ਤੁਹਾਨੂੰ ਮਰਨ ਵਾਲੇ ਨਾਲ ਬਿਲਕੁਲ ਵੀ ਪਿਆਰ ਨਹੀਂ। ਤੂੰ ਸੋਚ ਲੈ ਬਾਲਕ, ਮੈਂ ਤੇਰੇ ਬਾਪ ਦੀ ਜਾਨ ਬਚਾ ਲਵਾਂਗਾ। ਬਾਬੇ ਬਾਲਕ ਨਾਥ ਨੂੰ ਮੰਨੋਂ ਹਟ ਜਾ। ਨਹੀਂ, ਅਸੀਂ ਬਾਬਾ ਬਾਲਕ ਨਾਥ ਨੂੰ ਮੰਨਣੋਂ ਨਹੀਂ ਹਟ ਸਕਦੇ। ਜੈ ਬਾਬਾ ਬਾਲਕ ਨਾਥ, ਜੈ ਜੈ ਬਾਬਾ ਬਾਲਕ ਨਾਥ, ਜੈ ਜੈ ਬਾਬਾ ਬਾਲਕ ਨਾਥ। ਬਾਲਕ ਨਾਥ ਨਹੀਂ ਆਉਣਗੇ, ਬਾਬਾ ਬਾਲਕ ਨਾਥ ਨਹੀਂ ਆਉਣਗੇ। ਬਾਬਾ ਬਾਲਕ ਨਾਥ ਜੀ ਆਉਣਗੇ, ਸਾਨੂੰ ਸਾਰਿਆਂ ਨੂੰ ਉਹਨਾਂ ਤੇ ਵਿਸ਼ਵਾਸ ਹੈ, ਉਹ ਸਾਡੀ ਲਾਜ ਰੱਖਣ ਜ਼ਰੂਰ ਆਉਣਗੇ। ਨਹੀਂ ਆਉਣਗੇ ਬਾਬਾ ਬਾਲਕ ਨਾਥ ਤੁਹਾਡੀ ਮਦਦ ਲਈ, ਕਿਉਂਕਿ ਉਹਨਾਂ ਨੇ ਮੈਨੂੰ ਬਚਨ ਦਿੱਤਾ ਹੈ। ਨਹੀਂ ਰੱਖਣਗੇ ਤੁਹਾਡੀ ਲਾਜ ਬਾਬਾ ਬਾਲਕ ਨਾਥ, ਨਹੀਂ ਰੱਖਣਗੇ ਲਾਜ ਤੁਹਾਡੀ।
मैं नहीं हार सकता। कोई उठो, एक बार कहो कि मैं नहीं हारिया, नहीं हारिया। एक बार कह दो कि मैं नहीं हारिया। एक बार कह दो कि थोड़ा विश्वास बाबा बालक नाथ में नहीं है। उठो, मैं नहीं हार सकता। मैं नहीं हार सकता, मैं नहीं हार सकता। नहीं ऋषिराज, नहीं ऋषिराज, तू हार गया, तू हार गया। तू भेस बदल बदल के उन्हां दे किन्ने इम्तिहान लए, पर उन्हां दा विश्वास ते श्रद्धा बाबा बालक नाथ विच अटुट सी, जिन्हों तोड़न विच तू सफल नहीं हो सकया। तू वाकई हार गया ऋषिराज, तू हार गया, तू हार गया, तू हार गया। मैं हार गया, मैं हार गया, मैं हार गया। ओए तुसी तन्नो भक्तो, ओए तुहाडी भक्ति तन्न है। ओ लखां कोशिशां दे बाद भी मैं तुहाडा विश्वास ना तोड़ सकिया। ओए ओए मैं हार गया, ओए मैं हार गया, मैं हार गया। जय जय बाबा बालक नाथ, जय बाबा बालक नाथ। जय बाबा बालक नाथ। महाराज मैं आज तुहाडे सच्चे भक्ता तो हार गया महाराज, मैं हार गया महाराज। ऋषि पग में कपड़े पाके, मथे ते तिलक लगा के, पिंडे ते सुहा मल के, काम कार छड़ के, कदे भक्ती नहीं हुंदी। भक्ती हुंदी है किरत करके, मेहनत करके, बुजुर्गां दी सेवा करके, गरीबां नूं मदद करके, एह असल भक्ती हुंदी है। ओम नमः शिवाय, ओम नमः बाबा जी। जय बाबा बालक नाथ, जय बाबा बालक नाथ। बाबा जी सानू कृपा नु दर्शन दिते, असी तन हो गए महाराज, असी तन हो गए महाराज। जय बाबा बालक नाथ, जय बाबा बालक नाथ। मंग भाई, तू की मंगदा? बाबा जी सानू कुछ नहीं चाहिदा, बस साडा विश्वास ना टुटे। बाबा जी साडा विश्वास ना टुटे। गल विच सिंगी, हाथ विच चुमटा, सखी ना कोई तेरे नाल दा। गल विच सिंगी, हाथ विच चुमटा, सखी ना कोई तेरे नाल दा। जग दे सताया दा तू दाता, लजनू तू भगतां दी पालदा। ओदी दीद वाली नैणा नू प्यास है, जेड़ा भगतां दी रखदा लाज है। शिव अवतार जी दी उची जात है, ओह पौना हर सिद्ध जोगी नाथ है। महाराज मैनू अपने भगतां दी कतार विच जरूर रखना, भावें अखीर च ही रखना महाराज। मेरियां भुल्लां बख्श दिओ। जय बाबा बालक नाथ, 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 जय बाबा बालक नाथ। जाओ अपना कारोबार संभालो, तुहाडियां फैक्ट्रियां सही सलामत हन। जय बाबे दी, जय बाबे दी, जय बाबे दी। हां
ਜੈ ਬਾਬਾ ਬਾਲਕ ਨਾਥ, ਜੈ ਬਾਬਾ ਬਾਲਕ ਨਾਥ, ਜੈ ਬਾਬਾ ਬਾਲਕ ਨਾਥ, ਜੈ ਜੈ ਬਾਬਾ ਬਾਲਕ ਨਾਥ। ਦਿਲੋਂ